ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਤਿਕਾਰਯੋਗ ਭਾਈ ਮਹਿੰਦਰ ਸਿੰਘ ਜੀ SDO, ਜੋ ਪਿਛਲੇ ਵਰ੍ਹੇ 16 ਨਵੰਬਰ 2021 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਨੇ ਇਸ ਜਹਾਨ ਤੋਂ। ਸੰਗਤਾਂ ਦੇ ਵੱਲੋਂ ਬਹੁਤ ਤੀਬਰ ਇੱਛਾ ਪ੍ਰਗਟ ਕੀਤੀ ਗਈ ਕਿ ਉਹਨਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਸਾਂਝੀਆਂ ਕੀਤੀਆਂ ਜਾਣ। ਸੋ ਇਹ ਇੱਕ ਛੋਟਾ ਜਿਹਾ ਉਪਰਾਲਾ ਕਰਕੇ ਆਪਣਾ ਫਰਜ਼ ਅਦਾ ਕਰ ਰਹੇ ਹਾਂ ਉਹਨਾਂ ਦੇ ਪਰਿਵਾਰ ਨਾਲ ਅਤੇ ਰਿਸ਼ਤੇਦਾਰਾਂ ਨਾਲ, ਸਭ ਨਾਲ ਸਾਂਝਾਂ ਪਾ ਕੇ, ਜਿਨ੍ਹਾਂ ਜਿਨ੍ਹਾਂ ਕੋਲ ਵੀ ਕੋਈ ਘਟਨਾ ਇਕੱਤਰ ਕੀਤੀ ਹੋਈ ਸੀ ਜੀਵਨ ਦੀ, ਉਹ ਸਾਰੀਆਂ ਇਕੱਤਰ ਕਰਕੇ ਉਹਨਾਂ ਦੇ ਵੱਲੋਂ ਹੀ ਅਸੀਂ ਬੋਲਾਂਗੇ। ਸੰਗਤਾਂ ਐਸ ਉਹਨਾਂ ਦੇ ਲਫਜ਼ਾਂ 'ਚੋਂ ਮੈਂ ਸਮਝਦਾ ਕਿ ਕਾਫੀ ਪ੍ਰੇਰਨਾ ਲੈ ਸਕਦੀਆਂ ਨੇ। ਸੋ ਆਓ ਆਪਾਂ ਉਹਨਾਂ ਦੇ ਵੱਲੋਂ ਹੀ ਬੋਲਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਜਨਮ, ਉਹਨਾਂ ਦੇ ਮਾਤਾ ਪਿਤਾ ਬਾਰੇ, ਉਹਨਾਂ ਦੀ ਸਕੂਲੀ ਕਾਲਜ ਵਿੱਦਿਆ ਬਾਰੇ, ਉਸ ਤੋਂ ਬਾਅਦ ਜਿਹੜੀ ਸੱਚ ਦੀ ਭਾਲ ਦੀ ਉਹਨਾਂ ਨੂੰ ਤੇਹ ਲੱਗੀ, ਉਹਨਾਂ ਨੂੰ ਆਤਮਕ ਤੇਹ ਲੱਗੀ, ਉਹਦੇ ਬਾਰੇ ਆਪਾਂ ਬੋਲਾਂਗੇ। ਭਾਈ ਸਾਹਿਬ ਦਾ ਜਨਮ 4 ਅਪ੍ਰੈਲ 1928 ਨੂੰ ਉਹਨਾਂ ਦੇ ਨਾਨਕੇ ਪਿੰਡ ਪੁਰਾਣਾ ਬੱਲੜਵਾਲ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਸਰਦਾਰ ਦਿਆਲ ਸਿੰਘ ਜੀ ਅਤੇ ਮਾਤਾ ਸਰਦਾਰਨੀ ਅਮਰ ਕੌਰ ਜੀ। ਉਹਨਾਂ ਦੇ ਪਿਤਾ ਜੀ ਅੰਗਰੇਜ਼ੀ ਰਾਜ ਦੇ ਵਿੱਚ ਡਿਪਟੀ ਫੀਲਡ ਕੰਟਰੋਲਰ ਆਫ ਮਿਲਟਰੀ ਅਕਾਊਂਟਸ ਵਜੋਂ ਸੇਵਾ ਮੁਕਤ ਹੋਏ। ਉਹਨਾਂ ਦੀ ਮੁੱਢਲੀ ਵਿੱਦਿਆ ਪਾਸੀਬੇਟ ਡਾਕਖਾਨਾ ਮਿਆਣੀ ਪਠਾਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸ਼ੁਰੂ ਹੋਈ। ਅਜੇ 4th ਜਮਾਤ ਵਿੱਚ ਹੀ ਪਹੁੰਚੇ ਸੀ ਕਿ ਉਹਨਾਂ ਨੂੰ ਪਰਿਵਾਰ ਦੇ ਨਾਲ ਲਾਹੌਰ ਜਾਣਾ ਪਿਆ। ਲਾਹੌਰ ਕੈਂਟ ਵਿਖੇ ਬੰਗਾਲੀ ਮੁਹੱਲੇ ਦੇ ਵਿੱਚ ਉਹਨਾਂ ਸਦਰ ਬਾਜ਼ਾਰ ਵਿੱਚ ਸਰਦਾਰ ਸੇਵਾ ਸਿੰਘ ਦੇ ਘਰ ਬਤੌਰ ਕਿਰਾਏਦਾਰ ਰਹਿਣਾ ਸ਼ੁਰੂ ਕੀਤਾ ਅਤੇ ਉਹਨਾਂ ਨੇ ਮਾਸਟਰ ਜੀ ਦੀ ਦੇਖ ਰੇਖ ਵਿੱਚ ਸਕੂਲ ਵਿੱਚ ਜਿਮਨਾਸਟਿਕ ਦੀ ਸਿਖਲਾਈ ਆਰੰਭ ਕੀਤੀ। ਬੜੀ ਛੇਤੀ ਉਹ ਸਕੂਲ ਦੀ ਟੀਮ ਦੇ ਕੈਪਟਨ ਬਣ ਗਏ ਅਤੇ ਹਾਈ ਸਕੂਲ ਤੱਕ ਕੈਪਟਨ ਅਤੇ ਡਰਿਲ ਮਾਸਟਰ ਰਹੇ। ਹਾਈ ਸਕੂਲ ਪਾਸ ਕਰਨ ਤੋਂ ਬਾਅਦ ਉਹਨਾਂ ਨੇ 1944 ਵਿੱਚ 10ਵੀਂ ਦਾ ਇਮਤਿਹਾਨ ਪਾਸ ਕੀਤਾ। ਇਸ ਤੋਂ ਬਾਅਦ ਉਹ ਕਾਲਜ ਦੀ ਵਿੱਦਿਆ ਲੈਣ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਖੇ ਗਏ। ਕਾਲਜ ਵਿੱਚ ਉਹਨਾਂ ਨੇ ਸਾਇੰਸ ਦੇ ਮਜ਼ਬੂਨਾਂ ਨਾਲ ਪੜ੍ਹਾਈ ਸ਼ੁਰੂ ਕੀਤੀ। ਇਸੇ ਦੌਰਾਨ SD ਕਾਲਜ ਲਾਹੌਰ ਵਿਖੇ ਹੋਈ ਪੰਜਾਬ ਗੱਤਕਾ ਚੈਂਪੀਅਨਸ਼ਿਪ ਜਿੱਤੀ। ਗੱਤਕਾ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਉਹਨਾਂ ਨੂੰ ਹਰ ਰੋਜ਼ 1 ਸੇਰ ਦੁੱਧ ਕਾਲਜ ਵੱਲੋਂ ਪੀਣ ਨੂੰ ਮਿਲਿਆ। ਪ੍ਰੋਫੈਸਰ ਚੇਤ ਸਿੰਘ ਉਹਨਾਂ ਦੇ ਗੱਤਕੇ ਦੇ ਕੋਚ ਸਨ। ਸੋ 1946 ਵਿੱਚ ਉਹ ਸਿੱਖ ਨੈਸ਼ਨਲ ਕਾਲਜ ਲਾਹੌਰ ਤੋਂ FSC ਦਾ ਇਮਤਿਹਾਨ ਪਾਸ ਕਰਨ ਉਪਰੰਤ ਹਿੰਦੁਸਤਾਨ ਦੇ ਬਟਵਾਰੇ ਤੋਂ 1 ਸਾਲ ਪਹਿਲਾਂ, ਯਾਨੀ 1946 ਵਿੱਚ ਪਰਿਵਾਰ ਸਮੇਤ
पूर्वी पंजाब पिंड गालोवाल तहसील दसूहा जिला हुशियारपुर विखे आ गए। सो इत्थे आके उन्होंने डी ए वी कॉलेज जलंधर बी एस सी विच दाखला लिया, लखपत राय होस्टल विच रहायश। इस दौरान प्रोफेसर बख्तावर सिंह जी ने फिजिकल ड्रिल दे मुकाबले करवाए। इन्हां मुकाबलों दौरान ओ छाती फैलाउण दे मुकाबले विच उन्होंने हिस्सा लिया अते छाती नूं 30 तो 40 इंच तक फैला के उन्होंने पहला इनाम जितया। इस तो पहला भी स्कूल दी टीम दे विच भी उन्होंने जिमनास्टिक दे मुकाबले दौरान पहला कप जितया सी। सो इस तो बाद उन्हां दा धार्मिक सफर आरंभ हुंदा ते उर्दू दे गुटकियां विच्चों उन्होंने बाणी पढ़नी आरंभ कीती। फिर नाल नाल उन्होंने शौक वजों जिहड़ा डी ए वी कॉलेज का ड्रामा क्लब सी उहदे मैंबर बने ते फिर डायरैक्टर भी बने। उन्हां दा पहला ड्रामा खेडण दे दिन 4 कॉलेज दे ओपन थिएटर विच खेडिया गया, जिहदा उद्घाटन पृथ्वी राज कपूर ने कीता सी। इस ड्रामे विच भाई महेंद्र सिंह जी होरां राग भुपाली विच बंसरी वजाई, जो दर्शकां नूं बहुत पसंद आई। सो बड़े ही खास किस्म दे शौक सन उन्हां नूं, बजाए इधर उधर जाना या गल्लां बातां मारनियां, एहो जे शौक उन्हां ने या तो पढ़ाई या फिर कोई खास किस्म दे जिवें जिमनास्टिक स्पोर्ट्स हो गईयां, गतका और फिर फ्लूट वजाउणी, तकरीबन कई तरह के इंस्ट्रूमेंट्स म्यूजिकल इंस्ट्रूमेंट्स वो वजाउंदे सी। इतों बाद आप उन्होंने गल करते हैं सच की भाल। सो उस पड़ा दे विच आके, जीवन के उस पड़ा विच आके उन्हां दी जिंदगी विच एक परिवर्तन आना शुरू होया। नाम की भाल, सच की भाल, एकदम उन्हां दी सोच अते जिंदगी का तौर तरीका बदल गया। डी ए वी कॉलेज विच बी एस सी दे आखरी वरे पढ़द्या दिमाग विच इस दुनिया नूं मुकम्मल तौर ते छड़ के किसी नवेकली जगह ते अज्ञातवास दे विच जाण दा मन बनाया। उन्होंने उन्हें अपना सारा समान किताबां एक ट्रंक विच बंद करके अपने एक दोस्त नूं वह ट्रंक दे दिता ते बेनती कीती कि इस ट्रंक नूं डॉक्टर राम स्वरूप तक दसूहे पहुँचा देवे, वह अगों आपे साढ़े घर गालोवाल पहुँचा देगा। सो एस डी ओ साहब के पिता जी बाबा अत्तर सिंह जी दे पैरोकार सन, बड़े वड्डे प्रशंसक सन उन्हां दे। उन्हां नूं बाबा जी दे नाल मिलन दे कई मौके मिले। सधारण जिंदगी जी के प्रभु नाल किद्दां राबता कायम रखदे सन, ये बड़ियां हैरान करन वालियां गल्लां सन। ये भी दस्या जांदा सी कि बाबा जी ने कई बार पैदल ही हजूर साहब की यात्रा की। एस डी ओ साहब भी बड़े सत्कार नाल बापू जी तो उन्हां बारे पुछदे हुंदे सी, सुनदे हुंदे सी, जिस दे गहरे असर ने उन्हां विच उन्हां दे विचार बदल के रख दिते। सो नतीजा ये होया कि शायद उन्होंने सोच लिया कि हुण हजूर साहब ही मेरी जिंदगी का अगला पड़ा सी। इको कुड़ता कशहरा, बस रेल ते चढ़ गए ते हजूर साहब लिए रवाना हो गए। ते बाबा निदान सिंह होना दे गुरुद्वारे आके उन्होंने
पढ़ा किया। कोई पैसा उन्हें कोल नहीं सी। मन विच फैसला किया कि इत्थों बिना सेवा कीत्या लंगर नहीं छकना। गुरुद्वारा साहिब विच एक भाई साहब बहादुर सिंह जी सन जो संगतां लई दातणा दी सेवा करदे सन। उन्होंने उन्हां नूं भाई साहब नूं बेनती की कि दातणा दी सेवा मैनूं दे दिओ। भाई साहब ने कहा ठीक है, पर एक शर्त रखी कि कोई नागा नहीं पैण देना। भाई महेंद्र सिंह जी ये सेवा लै के बहुत खुश होए और बड़े चा नाल जंगल च जा के दातणा लै के आउणियां, संगतां नूं रोज़ शाम नूं दातणा देनियां, बाकी बचियां दातणा बाजार विच जा के वेच के कुछ पैसे इकट्ठे करने ते उह आ के गुरद्वारा साहब दी गोलक विच पा देने। ते इन्ना गुजारे जोगा वो लंगर छक लैंदे सी। ये मैं दसदिया कि जिन्ना भी मैनू मौका मिलिया या मेरे पिता जी ने उन्हां दा जिन्ना भी साथ निभाया तकरीबन 1966-67 तो वो लंगर बहुत ही घट छकते होंदे सी। गुरुद्वारा साहिब जाना, उन्होंने कीर्तन की सेवा करनी, 8-8 घंटे रहन सहियां च भी जाना, लेकिन उदों ही लंगर छकना जदों मजबूरी होवे, जदों अपने घर तो दूर होण। सो ये सिर्फ भावना समझनी है, ये कोई अगेंस्ट नहीं सी वो लंगर दे, लेकिन वो कहिंदे सी भी जिन्हां नूं लोड़ है उही लंगर छकण। जिहड़े जिस तरह हुण पटियाले लोकल समागम होना ते कदे भी ना उन्होंने लंगर च जाना, बिकॉज़ वो उन्हां दी धारणा सी भी घर आ के आपां अपने घर ही लंगर पानी छक सकते हैं। सो इदां उन्होंने सेवा भी करनी आरंभ कर दित्ती ते दातना बाजार दे विच वेच के जिन्ना उन्हां नूं उन्हां दी कीमत मिलदी वो आके गुरुद्वारा साहिब दी गोलक च पा दिंदे। ते इस तों अलावा गुरुद्वारा साहिब दी जिहड़ी जिन्नी माया दा हिसाब भी कर दिंदे सी। इस तरह दिन बीतदे गए। सो ध्यान जिहड़ा सी उन्हां दा रब वाले पासे, परमात्मा वाले पासे लगना शुरू हो गया। एक दिन दातणा वेचदिया एक रेहड़ी वाले तो गन्ना खरीद के चुप्पण नूं जी कीता, पर वो गन्ना हासिल नहीं कर सके क्योंकि जिहड़े पैसे सी उन्हां कोलों तां उह लंगर च पाउणे सी। उन्होंने प्रोमिस कीता सी, अपने आप नाल कमिटमेंट सी कि जिन्ने भी मैनूं इह दातणा वेच के पहलां सेवा वजों संगतां नूं दे के उहदे बाद जिहड़ियां बचदियां ने उह बाज़ार विच वेच के जिन्ना भी उन्हां नूं पैसे मिलदे सी उह जा के गोलक च पाउणे सी। ते उन्होंने इदां ही बस अपना एक कंट्रोल रखिया, मन दा कंट्रोल, कि जिहड़ा जे कोई विचार आया भी उन्होंने उस तरह वो विचार नूं खत्म करके जिहड़ी कमिटमेंट सी उन्हां दी इक उह नहीं टुट्टण दित्ती। ये बहुत वड्डा उन्हां दा गुण सी। सो इदां ही दसदे आ भी एक दिन वो रात नूं सुते ते उन्हां नूं एक सुपना आया भी मेरी माँ बहुत बीमार है ते मैनूं बहुत याद कर रही है। उस सुपने दा कहिंदे भी इन्ना असर होया कि पंजाब वापस मुड़न दा मन बना लिया। ते जदों तुरन लगे ते टिकट जोगे पैसे है नहीं। सो उन्होंने रेलवे स्टेशन ते जा के कुली दा काम करन दी कोशिश की, पर स्टेशन दे कुलियां ने कम नहीं करन दिता क्योंकि उन्हां कोल रेलवे दा एक खास बैज हुंदा। कुलियां दे कोल ओही बैज जिहड़े ओह बैज जिहड़े हासिल करदे आ ओही काम कर सकदे आ। सो उन्हां ने अखीर नूं बिना टिकट ही पंजाब जाण दा फैसला कर लिया। ते उह बाद च पता लग्गिया भी पंजाब सारा परिवार ही बहुत फिक्र विच सी। माँ इन्नी दुखी सी भी उन्हां नूं दिल दा दौरा पै गया। सो जदों डॉक्टर राम सरूप ने परिवार नूं समान वाला बक्सा दिता तां उहदे विच्चों एक खत उन्हां नूं मिलिया। उस खत दे विच कहिंदे लिखिया सी भी मैं नाम दी तलाश विच हजूर साहब जा रहा, फिक्र ना करो। सो इन्नी गल ते भला परिवार नूं तसली किवें मिलदी। वो बाद च पता लग्गिया कि उस
कागज़ दे उत्ते लिखे हुए नोट नो देखदियां ही उन्हां दे भाई महिंदर सिंह एस डी ओ होरां दे पिता जी हजूर साहब वल नूं लभण लई तुर पे। उत्थे पहुँच के सब जगह तलाश करन दे बाद गुरद्वारा बाबा निदान सिंह तो पता लगा कि एक नौजवान पंजाब तो आया सी जो हर वेले काला कुर्ता पा के रखदा सी ते दातना या होर गुरु घर की सेवा करके वो बहुत बहुत थोड़ा जिहा लंगर छकदा सी, किसी नाल कोई गलबात नहीं सी करदा, पर कल ही वो पंजाब वापस परत गया। सो इधरों दूजे पासे भाई महिंदर सिंह जी रेल गड्डी विच टीटी तो बचदे बचाउंदे पंजाब तक पहुँच गए। जलंधर पहुँचण तो पहला फलौर दे स्टेशन ते टीटी ने उन्हां नूं बिना टिकट सफ़र करन दे जुर्म दे विच फड़ लिया। उन्होंने आप दस्या कि रेलवे अफसर नूं बहुत तरले कीते कि मेरी माँ बहुत बीमार है जिहदी वजह मैं ही हाँ, ते सारी कहानी सुनन ते ओ जिहड़ा रेलवे अफसर सी ओ भावुक हो गया ते उन्होंने तरस करके उन्हां नूं दसूए जाण वाली गड्डी ते चढ़ाया ता जो वो अपनी माता जी कोल जल्दी पहुँच सकन। चलो करद्या करौंद्या वो गालोवाल पिंड पुजे, माता जी की हालत देखी जो कि रो रो के हालों बेहाल होई पई सी, ते वो दस दिया कि उन्होंने देख के उन्होंने माता जी होश विच आए ते कहन लगे पुत्र वादा कर कि अगे तो मेरे जिउंदे जी मैनू छड्ड के किते नहीं जाएगा। ते उस दिन वह कहिंदे भी मैं प्रण लिया ते जिदे असर नाल माता जी ठीक होने शुरू हो गए। हुण आपां इस जानकारी तो बाद उन्हां दी बंदगी दा जिक्र करदे हां। उन्हां नूं घर च रह के परिवार च रह के बाणी पढ़ पढ़ के बाणी समझ समझ के एक ज्ञान हो गया कि घर च रह के भी बंदगी की जा सकती है, किते जाण दी लोड़ नहीं। उन्होंने रोज़ सवेरे 2 बजे उठना, उन्होंने कोई साथी सन पिंड दे उन्होंने नाल जाके ब्यास दरिया के कंढे ते जाके उन्होंने भजन बंदगी करनी शुरू की। रोज़ 2 बजे उठण दा अलार्म लाया जांदा ते एक दिन उन्होंने छोटी भैन बेअंत कौर जी वो अलार्म क्लॉक जिहड़ा सी ओ चुक के रसोई विच रख आए, तो उदन बड़ी अजीब घटना वापरी कि पूरे 2 बजे जिहड़ा अलार्म क्लॉक सी ओ अपने आप रसोई चो मेरे कमरे विच आ गया। ये एक रब्बी करिश्मा सी, इसे करिश्मे करके वो दसदे ने कि उन्हां दे मन विच इच्छा जागी कि आपां एक छोटा जिहा गुरद्वारा साहब बनाईए, जिवें कि हरेक दे मन विच हुंदा कि बस हुण मैं होर कुछ नहीं करना, एक गुरद्वारा साहब बनाईए जिथे आपां आप भी भगती करिए और संगतां नूं भी नाल जोड़िए। चलो फिर उन्होंने फैसला किया पसी बेट दे गुरद्वारा साहब तो एक पुरानी बीड़ जिहड़ी ओ लिआंदी गई ते ओ छोटे जे ढारे विच मंजे ते उन्होंने जिन्ना सत्कार वो कर सकते सी अपनी सूझबूझ नाल ओ बीड़ साहब दा प्रकाश कर लिया ते आले दुआले खोरी सुट के उन्होंने बहन लई जगह बना ली। तो वो दसदे आ कि मैं अपने दोनों साथियां दरबारा सिंह अते सरदारा सिंह जो रोज़ सवेरे शाम बाणी दा रल मिल के पाठ करते सी शब्द चौंकी लाउणी शुरू कीती ते उन्हां दे मन नूं बड़ा आसरा जिहा मिलना, मन नूं शांति जी मिलनी शुरू होई ते मन दसदे आ वी उस वेले हर वेले बाणी दे जाप नाल जुड़न लई बहबल रहिंदा सी, भुख प्यास भी कहिंदे घट लगदी सी। एक दिन की होया कि शाम दी चौंकी दी समाप्ति उपरंत उस सारे भाई महिंदर सिंह जी अते उन्हां दे साथी
सरदार दरबारा सिंह जी और सरदारा सिंह जी खोरी ते बैठे ते इउं लगा भी जिवें छत दे उत्ते घोड़े दौड़ रहे घोड़े लंघ रहे ते आवाज आई कि अज इत्थे ही रुको अज इत्थे ही रुको। उन्होंने ये अंदाजा लाया भी ये शायद शहीदी फौजा ने। फिर कुछ संत लोग अंदर आंदे दिसे, उन्होंने आंदिया ही दरबारा सिंह ते सरदारा सिंह दा केंदे काफी कटापा चाड़िया, इन्ना कटापा चाड़िया भी वह बेसुध हो गए। फिर शहीदी फौजा ने एक ऐसी कला वरताई कि मेरे शरीर नूं पहला झुनझुनी आई ते नाल ही कहिंदे रसना तो वाहिगुरू 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 मंत्र दा जाप शुरू हो गया। ते अंदर ये जड़ा मंत्र हार रूप दा धारण कर गया, कहिंदे भी चेती नहीं सी करदा भी ये इस तो हटिया जाए। कहिंदे ऐदा महसूस होया भी मेरा सारा जड़ा शरीर है ये उड़ के छत नूं छू के वापस जमीन ते आ रहा। दो तीन चार बार इस तरह होया। इन्ने दे विच ही कुछ समय दे विच ही जिहड़े उह दसदे आ भी उन्हां नूं कुछ संत लोक जां शहीदी फौजां उन्हां नूं अंदर आउंदियां दिसियां, वह अपनी कला वरता के जा चुकिया सी। फिर उन्होंने गुरु ग्रंथ साहब जी का सुख आसन करन तो पहला हुक्मनामा लिया जिहड़ा कि उन्होंने उन्होंने कई बार जिक्र किया कि हुक्मनामा आया भी हस्ती सिर ज्यों अंकस है ऐरन ज्यों सिर दे मन तन आगे राख के ऊबी सेव करे। पन्ना नंबर 647। उदे बाद केंदे भी मैं कला ही ब्यास दरिया के कंडे ते पहुंचिया ते केंदे भी कपड़िया समेत ही पानी छाल मार दिती। दस दे केंदे भी इउं लग्या कि पानी च मैं बहुत थल्ले चला गया, फिर उपर आया ते तैर के परले कंडे ते पहुंच गया। बाहर निकल के कहिंदे भी मैं अकाल पुरख अगे बेनती रूप होकर अरदास कीती ते पुछिया बाबा ये एक की कला वर्तरी है, इन्नी देर नूं फिर फौजां दे घोड़े घोड़े कहिंदे मैनूं आउंदे दिसे। फिर भाणा ये वर्त्या कि कहिंदे भी मैं जो बोला वो हुंदा जाए। अकाल पुरख की इस कला नाल कहिंदे आ भी जिहड़े कदमां दे फासले सी उह फरलांगां दे फासले हो गए। वड्डे वड्डे कदमी तुर तुर के बहुत दूर निकल गए ते अखीर उह दसदे भी गुरदासपुर शहर दे विच मैं दाखल हो गया। ते उन्होंने देखिया कि एक बुढ़ा मंजे ते बैठा हुक्का पी रहा सी। कहिंदे मैनूं बहुत बुरा लगा ते मैं उहदा मंजा पलटाता ते वह हेठां डिग पे, लोग उन्हां दे मगर पै गए। कहिंदे भी मैं लुकदा लुकाउंदा एक सिनमे च वड़ गया जिथे कोई नाइट शो चल रहा सी। इदां कहिंदे भी लुकदे लुकाउंदे लोकां तों अपनी जान बचाई। उत्थों निकल के कहिंदे भी मैं भुल्ले चक च हुंदा होया नहर दी पटड़ी रस्ते गहोत पोखर पहुँच गए। ये पिंडां दे नां ने उत्थे गुरदासपुर जिले दे हुशियारपुर जिले दे सामने कहिंदे मैनूं गुरद्वारा साहब नज़र आया। काफ़ी सवेर दा वेला हो चुका सी ते कहिंदे मैं गुरद्वारे दे अंदर गया देखिया कि ग्रंथी सिंह साहब चौर दी सेवा कर रहे सी। मैं कहिंदे उन्हां तों चौर साहब खोलिया ते कहा कि चौर साहब इदां करीदा, मैं तैन दसदा चौर साहब किदां करीदा। ते कहिंदे मैं उत्थे चौर साहब की सेवा की ते
ते जिहड़ा मोर पंखी आ चौर उन्हां दिनां दे विच जो सेवा वास्ते पिंडां च आम ही गुरद्वारा साहिबां च मौजूद हुंदे सन, उह कहिंदे अपने आप ही गुरु ग्रंथ साहिब दी बीड़ दे इर्द गिर्द घूमण लगा। ये भी एक करिश्मा ही सी। फिर कहिंदे उह गोत पोखर तो निकलदिआं मैं एक शमशान घाट दे नेड़े पुज्जा ते देखिआ कि एक मुरदा जल रिहा सी। कहिंदे मैं उत्थे बहि गिआ ते नाम अभ्यास शुरू कर दिता। उही एक एक मंत्र दा जाप, वाहिगुरु वाहिगुरु वाहिगुरु। कहिंदे पलां च ही मैनू इउं लगना शुरू हो गया कि मैं किसी होर दुनिया च आ गया जिथे ऐन सुन मसान है। फिर उन्ना उडारियां चों वापस आए ते शमशान घाट तो उठ के फिर दरिया पार करके टंडा राम सहाय पुजे। ये उन्हां दा एक उस रात दी घटना तो बाद एक बिरतांत है जो लगातार उन्होंने सुनाया। उदा ही मैं आप जी नाल ये सांझा कर रहा। सो टंडा राम सहाय पुजे, दिन चढ़ चुका सी, पिंड च वड़दिया ही एक खूह सी। ते पता नहीं कहिंदे की मेरे ख्याल आया भी मैं जाके खूही दे विच छाल मारती। लोगों ने रौला पाता, उन्होंने खूही चों बाहर कढ़िया गया। उसे पिंड दे सरदार हरनाम सिंह लल्लिया जो कि रिश्तेदारी चों उन्होंने मामा जी लगते सी, उन्होंने उन्होंने फड़ लिया ते कहिंदे भी मैनू केसां तों छत दी शतीर दे नाल बन्ह दित्ता। ते ओह आपां ते सरसरी गल करदे आं वी उहनां दे एक्सीडेंट दे विच कहिंदे वी ओह डांग मेरे फेरी उहनां ने इन्ना क कुटिया ते शीशे दी बोतल कहिंदे मत्थे च इन्नी जोर दी मारी कि एक अख उहनां दी सुज गई ते ओह अख चों उहनां नूं कहिंदे दिसणा बंद हो गया। इन्नी देर नूं उहनां ने दोनों हथ बन ले ते मुड़ के कहिंदे गालोवाल लैके मैनूं आ गए। ये हालत देख के माता जी फिर बहुत दुखी होए। सो रात पैण तो कहिंदे पहले ही मैं मां नूं पुछ के मंड दे इलाके वाले पासे निकल गया। कहिंदे इउं मैनूं एक ख्याल आया मन दे विच, इउं लगा कि लोग उन्हां दे पिंड दा कोई ना होना रुलिए दे मुंडे दी लोथ चुकी जा रही है जिन्हों शहीदी फौजा ने मार दिता सी। अगले दिन एक कहिंदे भी सान पिंड च आ वड़िया जिस तों लोकां नूं बड़ी दहशत हो गई। मां ने कहिंदे मैनूं कहा मिंदर इनू पिंड चों बाहर कढ के आ। ये काफ़ी उन्होंने अपने उम्र के अखीरले पड़ा दे विच आ के गल्लां दसियां। सो जिद्दां जिद्दां दसियां उदा उदा असीं बोल रहे हैं ते कोशिश की है भी एक लिंक जिहा बन जाए आपस च सारियां गल्लां दा। सो मां ने हुक्म चाढ़िया भी इनू पिंडों बाहर कढ के आ। कहिंदे मैं पैंदी सट्टे उन्हूं जा के गर्दन तो फड़ लिया। सान ने कहिंदे कुछ किया ही नहीं मैनू, सगों हाथ चटना शुरू कर दिता। तो कहिंदे मैं मंड वाले पासे उन्हूं हक के नठाता। फिर वो दसदे आ कि उन्हां दे वड्डे भाई साहब, वड्डे वीर जी, भाजी जोगिंदर जो कि एक फौजी सन, एकदम ख्याल आया तो उन्हां बारे अपनी मां नूं पुछिया बई भाजी छुट्टी आ गए। कहिंदे क्योंकि मैं बहुता समा एकांत विच रह के नाम जपिया करदा सी ते इस करके घर विच की हो रहा, परिवार च की हो रहा मैनू बहुत घट जानकारी रहिंदी सी, बहुता करके एकांत विच ही रहिंदे सी। और इको अखर दा जाप उन्हां दा हुण
एक नेम बन गया सी भी बस ये नहीं छड़ना। एक दिन दस दे भी मैं मंड दे इलाके चो काफ़ी समा बिता के घर वल नू आ रहा सी, कणकां नू सिट्टे पै चुके सी ते कहिंदे पानी लगे खेतां चो लंघदिआं मैं घर पहुँचा। माता ने मैनू लिबड़े नू देख के मंजे ते बिठाता, पिठ पिछे सराहना रख्या ते छोटी भैन बेअंत कौर जी पानी लैके आए ते माँ ने मेरे पैर धोते, लम्मा पा के सारा जो शरीर दी कपड़ियां दी सफाई कीती ते ओ माता जी पुछन लगे भी तू इदां क्यों करदा मिंद्रा। कहिंदे इस सवाल दे नाल ही माता ने होका भर के मुड़ के कहा, कहिंदे पुत इदां ना फिरिया कर, लोक एवें मेहने जे मारदे आ भी इहदा इहदा बाबा लाल सिंह भी शदाई हो गया सी और इहदे इहदे मुंडे दा भी इहो हाल है भी उसे टब्बर च कहिंदे इक होर शदाई पैदा हो गया। भैन जी बेअंत ने मां नूं कहा, कहिंदे भाजी दी अखां नूं की हो गया, ये अखां खोलदा ही नहीं, ना ही किसी नाल गल करनी चाहुंदा, हर वेले वाहिगुरू वाहिगुरू करदा। माता जी दे पुछण ते कहिंदे मैं मां नूं कहा भी मेथों अखां खुलदियां नहीं। मां ने कहा जोर ला के अखां खोल, अखां खोलण दी बड़ी कोशिश कीती, कोशिश करदिआं जदों अखां खुलियां कहिंदे भी मेरी नज़र सामने किले नाल बद्धी झोटी ते पई। कहिंदे जिद्दां ही मेरी निगाह झोटी ते पई उहदे चारे पैर थल्लों निकल गए ते उह धड़म करके जमीन ते डिगी। भैन जी बेअंत ने कहिंदे फौरन जा के मां नूं दस्सिआ भी ये, मां भी बड़ी हैरान। फिर कहिंदे मेरी निगाह डंगरां वाले ढारे ते पई, उह ढारा भी डिग पिआ। ये जिहड़ी सारी घटना सी भाई महेंद्र सिंह जी कहिंदे भी ये बाद विच मैनूं मेरी भैन ने दसी भी इदां हुंदा जांदा सी। मां कहिंदे लागे बैठी सारा कुछ देख रही सी, कहिंदे मेरी रसना ते बस वाहिगुरू 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 मंत्र दा जाप निरंतर चल रहा सी। इन्ने नूं माता जी ने भैन बेअंत नूं कहा कि भाजी दियां अखां जोर नाल घुट के बन दे ते इनूं मंजे ते लम्मा पा दे। भाई महिंदर सिंह जी आप दसदे आ कि भैन जी बेअंत बहुत चंगे सन, उन्होंने इदां ही कीता ते जल्दी जल्दी दुध गर्म करके लैके आए ते उन्हां नूं पियाया। कहिंदे फिर कूकी जी आ गई, मैनूं नींद आ गई क्योंकि मैं कई रातां तों कहिंदे सुत्ता नहीं सी। चलो जदों नूं जाग कहिंदे खुली मेरी, उदों नूं पता नहीं किन्ना समां लंघिया, इहदे च उन्हां ने कोई पर्टिकुलर टाइम नहीं दस्सिया। कहिंदे होश जिहा आया ते इन्ने चिर नूं की देखदे आ वी भाजी जोगिंदर छुट्टी आ गए। फिर उह भाजी होरां ने बड़े प्यार नाल इशनान करवाउणा क्योंकि बड़े चिरां बाद मिले सी। कहिंदे एक दिन बड़े प्यार नाल मैनूं उह नवाउण लगे, ये तां सी हालत उहनां नूं बे कहिंदे वी मैनूं कोई होश ही नहीं सी रहिंदा। नाम जपदिआं जपदिआं परिवार दे विच बैठे कहिंदे मैनूं बिल्कुल कुछ पता नहीं सी लगदा वी मैं कित्थे आं ते मैं की कर रहा, पर हाँ मैनूं सारे दसदे। माँ भी कहिंदी भैन जी बेअंत भी कहिंदे वी ये वाहिगुरू वाहिगुरू का जाप नहीं छड़दा। चलो भाजी जोगिंदर होनी उन्हां नूं नवाउण लगे ते कहिंदे वी मेरे केस खोलते, सिर च पानी दी धार लगातार पई। कहिंदे ज्यों ही मेरा सिर नलके दी टूटी नूं लगा ते नलके दे उपरों कहिंदे जोर नाल पानी दी पिचकारी निकली ते लागले नाल ही शतूत दा बूटा लगा सी उत्ते जाके पई।
ਕਹਿੰਦੇ ਸਾਰੇ ਪਾਸੇ ਹੀ ਖੁਸ਼ਬੂ ਆਉਣੀ ਸ਼ੁਰੂ ਹੋਈ। ਇਹ ਕ੍ਰਿਸ਼ਮਾ ਕਿੱਦਾਂ ਹੋਇਆ? ਕਹਿੰਦੇ ਨਾ ਇਹਦੇ ਬਾਰੇ ਮੈਨੂੰ ਪਤਾ, ਨਾ ਉਹਨਾਂ ਦੇ ਵੱਡੇ ਭਾਅ ਜੀ ਸਰ ਜੋਗਿੰਦਰ ਸਿੰਘ ਹੋਣਾ ਨੂੰ। ਕਹਿੰਦੇ ਇਹ ਖੁਸ਼ਬੂ ਇੰਨੀ ਫੈਲੀ ਵੀ ਆਲੇ ਦੁਆਲੇ ਉਹ 5-7 ਘਰਾਂ 'ਚੋਂ ਲੋਕ ਇਕੱਠੇ ਹੋ ਕੇ ਆ ਗਏ। ਕਹਿੰਦੇ ਵੀ ਤੁਹਾਡੇ ਵਿਹੜੇ 'ਚੋਂ ਇੰਨੀ ਖੁਸ਼ਬੂ ਆ ਰਹੀ ਹੈ ਜਿਵੇਂ ਕੋਈ ਵਧੀਆ ਬਾਸਮਤੀ ਦੇ ਚੌਲ ਰਿੱਝਦੇ ਹੋਣ। ਅਸਲ 'ਚ ਇਹ ਘਟਨਾ ਕਹਿੰਦੇ ਉਦੋਂ ਵਾਪਰਦੀ ਸੀ ਜਦੋਂ ਮੇਰਾ ਤਾਲੂ ਨਲਕੇ ਦੀ ਟੂਟੀ ਨੂੰ ਛੂੰਹਦਾ ਸੀ, ਕਿਉਂਕਿ ਉਹਨਾਂ ਦੇ ਵੱਡੇ ਭਾਅ ਜੀ ਜੋਗਿੰਦਰ ਜੀ ਜਦੋਂ ਉਹਨਾਂ ਨੂੰ ਨਵਾ ਰਹੇ ਸੀ ਅਤੇ ਜਦੋਂ ਵੀ ਉਹ ਧੌਣ ਸਿੱਧੀ ਕਰਦੇ ਉੱਤੋਂ ਪਿਚਕਾਰੀ ਨਿਕਲੀ ਅਤੇ ਫਿਰ ਖੁਸ਼ਬੂ ਸਾਰੇ ਪਾਸੇ ਫੈਲਦੀ। ਗੁਆਂਢੀ ਫਿਰ ਅਚੰਭੇ 'ਚ ਪੈਣ ਵੀ ਇਹ ਹੁੰਦਾ ਕੀ ਹੈ। ਕਹਿੰਦੇ 2-3 ਵਾਰ ਇੱਦਾਂ ਹੋਇਆ। ਇੰਨੇ ਚਿਰ ਨੂੰ ਕਹਿੰਦੇ ਭਾਅ ਜੀ ਨੇ ਮੈਨੂੰ ਸੇਵਾ ਕਰਕੇ ਨਵੇਂ ਕੱਪੜੇ ਪਵਾਏ ਅਤੇ ਫਿਰ ਕਹਿੰਦੇ ਮੈਂ ਨੀਂਦ 'ਚ ਗੁਆਚ ਗਿਆ। ਸੋ ਕਹਿੰਦੇ ਫਿਰ ਮੇਰੀ ਜਾਗ ਜਦੋਂ ਖੁੱਲ੍ਹਦੀ ਅਤੇ ਮੈਂ ਬਾਹਰ ਨੂੰ ਜਾਵਾਂ, ਭੱਜਣ ਦੀ ਕੋਸ਼ਿਸ਼ ਕਰਾਂ। ਇਹ ਰੋਜ਼ ਹੀ ਜਦੋਂ ਵਰਤਾਰਾ ਹੋਣ ਲੱਗਾ ਇੱਦਾਂ ਵੀ ਉਹਨਾਂ ਨੇ ਇਕਾਂਤ 'ਚ ਬਹਿ ਕੇ ਜਦੋਂ ਕਿਸੇ ਨਾਲ ਗੱਲ ਨਾ ਕਰਨੀ ਅਤੇ ਆਪਣਾ ਖਾਣਾ ਪੀਣਾ ਵੀ ਬਹੁਤ ਥੋੜ੍ਹਾ ਅਤੇ ਬਾਹਰ ਨੂੰ ਭੱਜਣ ਦੀ ਕੋਸ਼ਿਸ਼ ਕਰਨੀ, ਇੰਨੇ ਚਿਰ ਨੂੰ ਪਰਿਵਾਰਕ ਮੈਂਬਰ ਜਿਹੜੇ ਪਰਿਵਾਰ ਨੇ ਫੈਸਲਾ ਕੀਤਾ ਵੀ ਇਹਨੂੰ 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 ਸੰਗਲ ਪਾਓ ਪੈਰਾਂ 'ਚ। ਕਹਿੰਦੇ ਇੱਦਾਂ ਹੀ ਹੋਇਆ, ਸੰਗਲ ਪਾ ਕੇ ਮੈਨੂੰ ਥੰਮਲੇ ਨਾ ਬੰਨ੍ਹ ਦਿੱਤਾ ਤਾਂ ਕਿ ਮੈਂ ਬਾਹਰ ਨਾ ਭੱਜਾਂ। ਅਤੇ ਇਹ ਲੋਕਾਂ ਦੀਆਂ ਗੱਲਾਂ ਦਾ ਮੇਰੇ ਵਰਤਾਰੇ ਤੋਂ ਦੇਖ ਕੇ ਸਾਰਿਆਂ ਨੂੰ ਕਹਿੰਦੇ ਯਕੀਨ ਬੱਝ ਗਿਆ ਵੀ ਇਹ ਮਹਿੰਦਰ ਪਾਗਲ ਹੋ ਗਿਆ। ਰਾਤ ਪੈਣ ਤੋਂ ਪਹਿਲਾਂ ਕਹਿੰਦੇ ਮੈਨੂੰ ਸੰਗਲ ਨਾਲ ਬੱਜੇ ਨੂੰ ਰੋਟੀ ਖਵਾ ਦਿੰਦੇ ਅਤੇ ਕਹਿੰਦੇ ਭਾਅ ਜੀ ਜੋਗਿੰਦਰ ਹੋਣਾ ਕੋਲ ਇੱਕ ਡਾਂਗ ਵੀ ਸੀ, ਜੇ ਮੈਂ ਕਿਤੇ ਨੱਠਣ ਦੀ ਕੋਸ਼ਿਸ਼ ਕਰਦਾ ਤਾਂ ਇਹ ਫਿਰ ਮੇਰੇ 'ਤੇ ਚਲਾਈ ਜਾ ਸਕਦੀ ਸੀ। ਸੋ ਕਹਿੰਦੇ ਵੀ ਜਦੋਂ ਇਹ ਇੱਦਾਂ ਦਾ ਵਰਤਾਰਾ ਸ਼ੁਰੂ ਹੋਇਆ ਵੀ ਮੈਨੂੰ ਸੰਗਲ ਪਾਏ ਅਤੇ ਉੱਦਣ ਹੀ ਕਹਿੰਦੇ ਵੀ ਮੈਂ ਸ਼ਬਦ ਮੇਰੇ ਜ਼ਹਿਨ 'ਚ ਆਇਆ ਵੀ ਭਿੰਨੀ ਰਹਿਣ ਨੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਕਹਿੰਦੇ ਵੀ ਪਹਿਲੀ ਰਾਤ ਬੜੀ ਔਖੀ ਲੰਘੀ, ਫਿਰ ਕਹਿੰਦੇ ਇਹਨਾਂ ਨੂੰ ਦਿਨ ਚੜ੍ਹ ਗਿਆ। ਸ਼ਬਦ ਪੜ੍ਹਦੇ ਪੜ੍ਹਦੇ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਅਤੇ ਜਦੋਂ ਦਿਨ ਚੜ੍ਹਿਆ ਇੱਦਾਂ ਕਹਿੰਦੇ ਵੀ ਮੈਨੂੰ 5-6 ਦਿਨ ਲੰਘੇ ਅਤੇ ਉਹ ਦਿਨ ਜਦੋਂ ਆਇਆ ਕਹਿੰਦੇ ਵੀ ਕੁਛ ਰਿਸ਼ਤੇਦਾਰ ਆਏ, ਬਾਪੂ ਜੀ ਵੀ ਕਹਿੰਦੇ ਛੁੱਟੀ ਲੈ ਕੇ ਘਰ ਆ ਗਏ, ਕੱਪੜੇ ਬਸਤਰ ਹੋਰ ਕਹਿੰਦੇ ਮੇਰੇ ਲਈ ਨਵੇਂ ਬਣਾਏ ਉਹਨਾਂ ਨੇ, ਪਰ ਕਹਿੰਦੇ ਵੀ ਮੇਰੇ ਹੱਥ ਕੜੀ ਸੰਗਲ ਜਿਹੜਾ ਮੈਨੂੰ ਪਾਇਆ ਸੀ ਉਹ ਮੈਨੂੰ ਲਾ ਕੇ ਰੱਖਿਆ ਸੀ ਉਹਨਾਂ ਨੇ। ਅਤੇ ਕਹਿੰਦੇ ਵੀ ਥੋੜ੍ਹੇ ਚਿਰ ਬਾਅਦ ਮੈਨੂੰ ਇੱਦਾਂ ਲੱਗਣ ਲੱਗਾ ਵੀ ਇਹ ਮੈਨੂੰ ਕਿਤੇ ਲਿਜਾ ਰਹੇ ਆ। ਚਲੋ ਕਹਿੰਦੇ ਕੋਈ ਨਹੀਂ, ਅਤੇ ਅਗਲੇ ਦਿਨ ਸਵੇਰੇ ਹੀ ਉਹ ਘਰੋਂ ਨਿਕਲੇ। ਉਹਨਾਂ ਦੇ ਜਿਹੜੇ ਉਹ ਜਿਹੜੇ ਮਾਮਾ ਜੀ ਨੇ ਉਹਨਾਂ ਨੂੰ ਕੁੱਟਿਆ ਸੀ ਦੂਜੇ ਪਿੰਡ, ਉਹ ਵੀ ਆਏ। ਦੂਸਰੇ ਪਾਸੇ ਉਹਨਾਂ ਦੇ ਭਾਈ ਸਾਹਿਬ ਜੋਗਿੰਦਰ ਸਿੰਘ ਜੀ, ਉਹਨਾਂ ਨੇ ਵੀ ਫੜਿਆ ਅਤੇ ਕਹਿੰਦੇ ਵੀ ਦਸੂਏ ਸ਼ਹਿਰ ਵੱਲ ਨੂੰ ਤੁਸੀ ਦੇ ਰਾਹ 'ਤੇ ਤੁਰ ਪਏ, ਬਾਪੂ ਜੀ ਵੀ ਨਾਲ। ਉਸ ਵੇਲੇ ਕਹਿੰਦੇ ਵੀ ਜਾਨਵਰ ਵੀ ਬੋਲ ਰਹੇ ਸੀ ਪਰ ਮੇਰੇ ਕੰਨਾਂ 'ਚ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਸੀ, ਹੋਰ ਕੁਛ ਨਹੀਂ ਸੀ ਮੈਨੂੰ ਸੁਣਦਾ, ਨਾ ਮੈਨੂੰ ਪਤਾ ਲੱਗਦਾ ਸੀ ਵੀ ਇਹ ਕੀ ਗੱਲਾਂ ਕਰਦੇ ਆ। ਇੱਕ ਵਾਰ ਕਹਿੰਦੇ ਵੀ ਇੰਨਾ ਹੀ ਨਾਮ ਜਪਦੇ ਜਪਦੇ ਇੰਨਾ ਲੰਬਾ ਸਾਹ ਮੈਂ ਲਿਆ ਕਿ ਮੇਰਾ ਦੁਬਾਰਾ ਸਾਹ ਹੀ ਨਾ ਮੁੜਿਆ। ਅਤੇ ਕਹਿੰਦੇ ਮਾਮਾ ਜੀ ਪੁੱਛਣ ਭਾਅ ਜੀ ਨੂੰ ਵੀ ਤੂੰ ਆਪਣੇ ਵੱਲ ਕਿਉਂ ਖਿੱਚਦਾ, ਭਾਅ ਜੀ ਕਹਿਣ ਵੀ ਮੈਂ ਤਾਂ ਬਿਲਕੁਲ ਨਹੀਂ ਖਿੱਚ ਰਿਹਾ। ਕਹਿੰਦੇ ਵੀ ਇਹ ਪਤਾ ਨਹੀਂ ਕਿਹੜੀ ਕੋਈ ਐਸੀ ਕਲਾ ਸੀ, ਐਸੀ ਕੋਈ ਚੀਜ਼ ਸੀ ਜਾਂ ਸ਼ੈ ਸੀ ਉਹਨਾਂ ਨੂੰ
ਜਿਹੜਾ ਵੀ ਉਹਨੂੰ ਸੰਗਲ ਫੜ ਕੇ ਰੱਖਦਾ ਸੀ ਉਹਨਾਂ ਨੂੰ ਉਹ 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 ਉਹਨਾਂ ਨੂੰ ਦੂਜੇ ਪਾਸੇ ਖਿੱਚਦੀ ਸੀ। ਕਹਿੰਦੇ ਦਸੂਏ ਦੇ ਬਾਜ਼ਾਰ 'ਚ ਜਦੋਂ ਆਏ ਤਾਂ ਉੱਥੇ ਉਹਨਾਂ ਨੇ ਆਪਣੇ ਮਾਮਾ ਜੀ ਹਰਨਾਮ ਸਿੰਘ ਔਰ ਭਾਈ ਸਾਹਿਬ ਜੋਗਿੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਹਲਵਾਈ ਦੀ ਦੁਕਾਨ 'ਤੇ ਰੁੱਕ ਕੇ ਇੱਕ ਲੱਡੂ ਮੈਨੂੰ ਖਵਾਓ। ਉਹ ਲੱਡੂ ਕਹਿੰਦੇ ਦਿੱਤਾ ਅਤੇ ਮੈਂ ਉਸੇ ਵੇਲੇ ਖਾ ਗਿਆ। ਹਲਵਾਈ ਨੇ ਫਿਰ ਕਹਿੰਦੇ ਆਪ ਮੈਨੂੰ ਮੇਰੇ ਹਾਲਤ ਦੇਖ ਕੇ ਹੋਰ ਲੱਡੂ ਦਿੱਤੇ ਅਤੇ ਮੈਂ ਖਾਂਦਾ ਗਿਆ। ਪਤਾ ਨਹੀਂ ਕਹਿੰਦੇ ਕਿਹੜੀ ਕਿਸਮ ਦਾ ਚਾਅ ਚੜ੍ਹਿਆ ਸੀ। ਇੱਦਾਂ ਹੀ ਕਹਿੰਦੇ ਗਲੀਆਂ 'ਚੋਂ ਲੰਘਦੇ ਲੰਘਦੇ ਇੱਕ ਮਸੀਤ ਕੋਲ ਪੁੱਜੇ ਅਤੇ ਉਹ ਮਸੀਤ ਦੇ ਜਿਹੜੇ ਉੱਥੇ ਉਹਦੇ ਕੋਲੋਂ ਲੰਘ ਹੀ ਰਹੇ ਸੀ ਅਤੇ ਉੱਥੇ ਬਾਹਰ ਹੀ ਕਹਿੰਦੇ ਵੀ ਭੂਰੀ ਵਾਲੇ ਬਾਬਾ ਜੀ ਬੈਠੇ ਨਜ਼ਰ ਆਏ। ਕਹਿੰਦੇ ਉਹ ਸਾਨੂੰ ਦੇਖ ਕੇ ਇੱਕਦਮ ਉੱਠੇ ਅਤੇ ਬੜੇ ਅਦਬ ਨਾਲ ਉਹਨਾਂ ਨੇ ਤੁੱਕ ਬੋਲੀ ਵੀ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਕਹਿੰਦੇ ਅਸੀਂ ਸਾਰੇ ਉਹਨਾਂ ਦੇ ਕੋਲ ਬੈਠ ਗਏ ਅਤੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਇਹ ਸਵਾਲ ਕੀਤਾ ਵੀ ਤੁਸੀਂ ਇਹਨੂੰ ਕਿਉਂ ਇੱਦਾਂ ਲਈ ਫਿਰਦੇ ਹੋ, ਇਹ ਤੁਹਾਡੇ ਕੰਮ ਦਾ ਬੰਦਾ ਨਹੀਂ ਰਿਹਾ। ਉਹਨਾਂ ਕਹਿੰਦੇ ਬੜੇ ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਵੀ ਇਹਨੂੰ ਖੁੱਲ੍ਹਾ ਛੱਡ ਦਿਓ, ਇਹ ਜਿੱਥੇ ਜਾਂਦਾ ਇਹਨੂੰ ਜਾਣ ਦਿਓ। ਬਾਬਾ ਜੀ ਕਹਿੰਦੇ ਵੀ ਪਿਛਲੀ ਰਾਤ ਇਹ ਇਕੱਲਾ ਨਹੀਂ ਸੀ ਜਾਗ ਰਿਹਾ, ਸਾਰੀ ਰਾਤ ਸਾਰੇ ਸਾਧਨਾ ਕਰਨ ਵਾਲੇ ਸਾਧੂ ਵੀ ਇਹਦੇ ਨਾਲ ਜਾਗ ਰਹੇ ਸੀ। ਬਾਬਾ ਜੀ ਨੂੰ ਫਿਰ ਪੁੱਛਿਆ ਪਰਿਵਾਰਕ ਮੈਂਬਰਾਂ ਨੇ ਵੀ ਇਹ ਕਾਰਾ ਕੀ ਵਰਤ ਰਿਹਾ, ਤਾਂ ਬਾਬਾ ਜੀ ਨੇ ਜਵਾਬ ਦਿੱਤਾ ਵੀ ਭਾਂਡਾ ਛੋਟਾ ਅਤੇ ਵਸਤੂ ਜ਼ਿਆਦਾ ਪੈ ਗਈ ਆ। ਚਲੋ ਜਦੋਂ ਉਹਨਾਂ ਨੇ ਬਾਬਾ ਜੀ ਨੇ ਦੱਸਿਆ ਵੀ ਭਾਂਡਾ ਛੋਟਾ ਸੀ ਪਰ ਵਸਤੂ ਜ਼ਿਆਦਾ ਪੈ ਗਈ, ਫਿਰ ਕਹਿੰਦੇ ਵੀ ਮੈਨੂੰ ਯਕੀਨ ਹੋ ਗਿਆ ਵੀ ਜੋ ਵੀ ਇਹ ਅਜੀਬ ਜਿਹੇ ਵਰਤਾਰੇ ਮੇਰੇ ਨਾਲ ਵਾਪਰਦੇ ਆ ਇਹ ਸਭ ਰਿੱਧੀਆਂ ਸਿੱਧੀਆਂ ਹੀ ਨੇ। ਮੇਰੇ ਬਾਪੂ ਜੀ ਦੇ ਕਹਿਣ ਮੁਤਾਬਕ ਰਿੱਧੀਆਂ ਸਿੱਧੀਆਂ ਵੀ ਨਾਮ ਅਭਿਆਸ ਦੀ ਥੋੜ੍ਹੀ ਜਿਹੀ ਨੇਕ ਕਮਾਈ ਕਰਨ ਉਪਰੰਤ ਮਿਲਣੀਆਂ ਸ਼ੁਰੂ ਹੋ ਜਾਂਦੀਆਂ, ਪਰ ਪਾਰਬ੍ਰਹਮ ਗੁਰਮਤਿ ਅਨੁਸਾਰ ਸਿੱਖ ਵਾਸਤੇ ਰਿੱਧੀਆਂ ਸਿੱਧੀਆਂ ਮੁਕੰਮਲ ਤੌਰ 'ਤੇ ਵਰਜਿਤ ਨੇ। ਜਿਵੇਂ ਬਾਣੀ 'ਚ ਪ੍ਰਮਾਣ ਆਉਂਦਾ ਵੀ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਧ ਨਵ ਨਿਧ 18 ਸਿੱਧ ਨਵ ਨਿਧ 18 ਸਿੱਧੀ ਪਿੱਛੇ ਲੱਗੀਆਂ ਫਿਰੇ। ਰਿੱਧੀ ਸਿੱਧੀ ਲੱਖ ਲੱਖ ਨਿਧੀ ਨਿਧਾਨ ਲੱਖ ਤਿਲ ਨਾ ਤੁਲਾਣੇ। ਇਸ ਤੋਂ ਬਾਅਦ ਕਹਿੰਦੇ ਉਹ ਫਿਰ ਮੈਨੂੰ ਲੈ ਤੁਰੇ। ਦਸੂਏ ਦੇ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਮੈਨੂੰ ਬੜੀ ਭੀੜ ਨਜ਼ਰ ਆਈ ਅਤੇ ਬਹੁਤੇ ਕਹਿੰਦੇ ਉੱਥੇ ਰੰਗ ਬਿਰੰਗੀਆਂ ਪੱਗਾਂ ਉਹਨਾਂ ਨੇ ਬੰਨੀਆਂ ਹੋਈਆਂ ਸੀ ਅਤੇ ਕਹਿੰਦੇ ਮੈਂ ਸੋਚਿਆ ਵੀ ਇਹਨਾਂ ਸਾਰਿਆਂ ਨੇ ਸ਼ਾਇਦ ਗੱਡੀ ਚੜ੍ਹਨਾ। ਕੁਛ ਲੋਕ ਆ ਰਹੇ ਸੀ, ਕੁਛ ਜਾ ਰਹੇ ਸੀ। ਫਿਰ ਕਹਿੰਦੇ ਵੀ ਅਸੀਂ ਗੱਡੀ ਚੜ੍ਹ ਕੇ ਜਲੰਧਰ ਆਏ। ਜਲੰਧਰ ਤੋਂ ਫਿਰ ਇੱਕ ਹੋਰ ਉਹਨਾਂ ਨੇ ਰੇਲ ਫੜਨੀ ਸੀ ਅਤੇ ਉਹ ਰੇਲ ਉਹਨਾਂ ਨੇ ਫੜੀ ਅਤੇ ਉਹ ਕਹਿੰਦੇ ਵੀ ਰੇਲ ਇੰਨੀ ਤੇਜ਼ ਚੱਲਦੀ ਸੀ ਵੀ ਸਭ ਨੂੰ ਨੀਂਦ ਆ ਗਈ, ਪਰ ਕਹਿੰਦੇ ਵੀ ਮੈਂ ਸੰਗਲਾਂ 'ਚ ਬੱਧਾ ਵਧਾਇਆ ਇੱਦਾਂ ਹੀ ਬੈਠਾ ਜਾਗ ਰਿਹਾ ਸੀ। ਕਹਿੰਦੇ ਅਚਾਨਕ ਮੇਰਾ ਧਿਆਨ ਦਰਵਾਜ਼ੇ 'ਚ ਬੈਠੇ ਬੰਦੇ ਵੱਲ ਨੂੰ ਗਿਆ। ਉਹਦੀ ਪਿੱਠ ਮੇਰੇ ਵੱਲ ਸੀ, ਸਰੀਰ ਦਾ ਪਤਲਾ ਜਿਹਾ ਅਤੇ ਬਾਹਰ ਵੱਲ ਦੇਖੀ ਜਾਂਦਾ ਸੀ। ਥੋੜ੍ਹੀ ਦੇਰ ਬਾਅਦ ਕਹਿੰਦੇ ਮੈਨੂੰ ਇਉਂ ਲੱਗਾ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਹੋਣ, ਬਾਕੀ ਸਭ ਸੁੱਤੇ ਪਏ ਆ। ਮੈਂ ਬੜੇ ਪਿਆਰ ਨਾਲ ਅੰਦਰੋਂ ਅੰਦਰ ਕਿਹਾ, ਤੁਹਾਡਾ ਬਾਜ਼ ਕਿੱਥੇ ਹੈ? ਸਭ ਲੋਕ ਸੁੱਤੇ ਪਏ ਆ। ਅਤੇ ਉਹ ਬੰਦੇ ਦਾ ਮੂੰਹ ਕਹਿੰਦੇ ਬਾਹਰ ਵੱਲ ਸੀ,
ਤੇ ਮੈਨੂੰ ਲੱਗਾ ਕਿ ਬਾਜ਼ ਪੂਰੀ ਸਪੀਡ ਦੇ ਨਾਲ ਗੱਡੀ ਦੇ ਨਾਲ ਨਾਲ ਉੱਡ ਰਿਹਾ। ਇਹ ਫਿਰ ਮੈਨੂੰ ਵਰਤਾਰਾ ਜਿਹੜਾ ਲੱਗ ਰਿਹਾ ਸੀ ਉਹ ਦਿਸਣਾ ਸ਼ੁਰੂ ਹੋ ਗਿਆ। ਇਹ ਦੇਖ ਕੇ ਕਹਿੰਦੇ ਮੈਨੂੰ ਇੰਨਾ ਚਾਅ ਚੜਿਆ ਕਿ ਮੈਂ ਬੜੇ ਪਿਆਰ ਸਤਿਕਾਰ ਨਾਲ ਬਾਬੇ ਨੂੰ ਕਿਹਾ, ਤੁਸੀਂ ਇੱਥੇ ਕਿਉਂ ਬੈਠੇ ਹੋ? ਕਿਰਪਾ ਕਰਕੇ ਮੈਨੂੰ ਦਰਸ਼ਨ ਦਿਓ। ਫਿਰ ਕਹਿੰਦੇ ਉਹ ਬੰਦੇ ਨੇ ਮੇਰੇ ਵੱਲ ਥੋੜ੍ਹੀ ਜਿਹੀ ਝਾਤੀ ਪਾਈ। ਇੰਨੀ ਨਿਗਾਹ ਸ਼ਕਤੀਸ਼ਾਲੀ ਸੀ ਕਿ ਨਿਗਾਹ ਜਦੋਂ ਹੀ ਮੇਰੇ 'ਤੇ ਪਈ ਮੈਂ ਉਦੋਂ ਹੀ ਸੰਗਲਾਂ ਸਮੇਤ ਕਹਿੰਦੇ ਛੱਤ ਨਾਲ ਜਾ ਕੇ ਵੱਜਿਆ ਅਤੇ ਜ਼ੋਰ ਨਾਲ ਹੇਠਾਂ ਡਿੱਗਿਆ। ਸਾਰੇ ਜਾਗ ਪਏ ਪਰ ਕਹਿੰਦੇ ਵੀ ਉਦੋਂ ਬਾਅਦ ਮੈਨੂੰ ਕੋਈ ਹੋਸ਼ ਨਹੀਂ ਰਹੀ। ਮੈਨੂੰ ਯਾਦ ਹੀ ਨਹੀਂ ਰਿਹਾ ਵੀ ਮੈਨੂੰ ਕਦੋਂ ਕਿੱਥਿਓਂ ਕਿੱਥੇ ਲੈ ਗਏ। ਮੇਰੇ ਕੱਪੜੇ ਵੀ ਬਦਲੇ ਗਏ ਪਰ ਕਹਿੰਦੇ ਮੈਨੂੰ ਕੁਛ ਨਹੀਂ ਪਤਾ। ਤੋ ਇਹ ਜਿਹੜਾ ਵਰਤਾਰਾ ਚੱਲਦਾ ਚੱਲਦਾ ਇਸੇ ਤਰ੍ਹਾਂ ਇਹ ਜਿਹੜਾ ਸਫ਼ਰ ਸੀ ਇਹ ਬਰੇਲੀ ਦੇ ਮੈਂਟਲ ਹੌਸਪੀਟਲ 'ਚ ਆ ਕੇ ਮੁੱਕਿਆ। ਕਹਿੰਦੇ ਅਸਲ 'ਚ ਮੈਨੂੰ ਇੱਕ ਜੰਗਲੇ 'ਚ ਬੰਦ ਕਰ ਦਿੱਤਾ ਗਿਆ ਸੀ। ਮੈਂ ਸਾਰੀ ਰਾਤ ਕਹਿੰਦੇ ਸਿੱਖਾਂ ਖੜਕਾਈ ਜਾਵਾਂ, ਸ਼ਬਦ ਪੜ੍ਹੀ ਜਾਵਾਂ ਅਤੇ ਸਵੇਰ ਵੇਲੇ ਜਾ ਕੇ ਮੈਨੂੰ ਥੋੜ੍ਹੀ ਜਿਹੀ ਹੋਸ਼ ਆਈ ਅਤੇ ਉਹ ਪਾਗਲਖਾਨੇ ਦਾ ਇੰਚਾਰਜ ਆਇਆ। ਕਹਿਣ ਲੱਗਾ, ਇੱਥੇ ਕਿੰਨੇ ਰੇਡੀਓ ਰੱਖਿਆ ਸੀ ਸਾਰੀ ਰਾਤ? ਮੇਰੇ ਜੰਗਲੇ ਮੂਹਰੇ ਖੜ੍ਹੇ ਹੋ ਕੇ ਇੰਚਾਰਜ ਕਹਿਣ ਲੱਗਾ, ਇਹਦੀ ਸਪੈਸ਼ਲ ਏ ਕਲਾਸ ਹੈ, ਬਹੁਤ ਵੱਡੇ ਅਫਸਰ ਦਾ ਬੇਟਾ, ਇਸ ਕਰਕੇ ਕਹਿੰਦੇ ਵੀ ਮੈਨੂੰ ਖਾਣਾ ਵਧੀਆ ਮਿਲਦਾ ਸੀ। ਜਿੰਨੇ ਉੱਥੇ ਸੇਵਾਦਾਰ ਬੜੇ ਪਿਆਰ ਨਾਲ ਪੇਸ਼ ਆਉਂਦੇ ਸੀ। ਇਹ ਅਸਲ 'ਚ ਜੇਲ੍ਹ ਵੀ ਸੀ ਔਰ ਇਹ ਬਰੇਲੀ ਦਾ ਮੈਂਟਲ ਹੌਸਪੀਟਲ ਵੀ ਸੀ। ਕਹਿੰਦੇ ਵੀ ਮੈਂ ਸਾਰਾ ਦਿਨ ਕਮਰੇ 'ਚ ਬੰਦ ਰਹਿੰਦਾ, ਕਦੇ ਕੁ ਤਾਂ ਹੀ ਬਾਰੀ 'ਚੋਂ ਬਾਹਰ ਵੇਖ ਲੈਣਾ ਅਤੇ ਇੱਕ ਸ਼ਬਦ ਕਹਿੰਦੇ ਵੀ ਆਮ ਤੌਰ 'ਤੇ ਹੀ ਮੈਂ ਪੜ੍ਹਦਾ ਅਤੇ ਗਾਉਂਦਾ ਰਹਿੰਦਾ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਇਹ ਸ਼ਬਦ ਗਾਉਂਦਿਆਂ ਆਪਣੀ ਕਦਮ ਤਾਲ ਨਾਲ ਨਾਲ ਮਿਲਾਉਂਦਾ। ਇੱਦਾਂ ਇੱਕ ਮਹੀਨਾ ਲੰਘ ਗਿਆ। ਫਿਰ ਮੇਰਾ ਜੀ ਕੀਤਾ ਕਿ ਮੈਂ ਮਹਾਂਭਾਰਤ ਦਾ ਸਾਰਾ ਜਿਹੜਾ ਯੁੱਧ ਦੇਖਾਂ। ਪਤਾ ਨਹੀਂ ਕੀ ਭਾਣਾ ਵਰਤਿਆ, ਕਿਹੜੀ ਦਿਵ ਦ੍ਰਿਸ਼ਟੀ ਮੇਰੇ ਵਿੱਚ ਆਈ ਔਰ ਮੈਂ ਇਹ ਮੇਰੀਆਂ ਅੱਖਾਂ ਦੇ ਨਾਲ ਇਹ ਸਾਰਾ ਕੁਛ ਜਿਹੜਾ ਯੁੱਧ ਸੀ ਮਹਾਂਭਾਰਤ ਦਾ ਇਹ ਹੁੰਦਾ ਮੈਨੂੰ ਦਿਸਿਆ। ਕਿੱਦਾਂ ਕਰਨ ਦਾ ਰੱਥ ਕਹਿੰਦੇ ਜ਼ਮੀਨ 'ਚ ਧੱਸ ਜਾਂਦਾ, ਕਿੱਦਾਂ ਉਹ ਬਾਹਰ ਕੱਢਦਾ, ਇਹ ਸਾਰਾ ਕੁਛ ਮੇਰੀਆਂ ਅੱਖਾਂ ਸਾਹਮਣਿਓਂ ਦੀ ਲੰਘ ਗਿਆ ਜਿਵੇਂ ਇੱਕ ਕੋਈ ਫਿਲਮ ਚੱਲਦੀ ਆ। ਫਿਰ ਕਹਿੰਦੇ ਵੀ ਇੱਕ ਵਾਰ ਪਿਤਾ ਜੀ ਬਾਪੂ ਜੀ ਰੁੜਕੀ ਤੋਂ ਕਹਿੰਦੇ ਮੈਨੂੰ ਮਿਲਣ ਵਾਸਤੇ ਆਏ। ਮੈਨੂੰ ਦੱਸਿਆ ਗਿਆ ਅਤੇ ਬੜਾ ਚਾਅ ਚੜਿਆ ਅਤੇ ਜਦੋਂ ਆਏ ਤਾਂ ਮੈਂ ਫਿਰ ਉਹੀ ਜਿੱਥੋਂ ਕਿਤਿਓਂ ਯਾਦ ਆਈ ਉਹਨਾਂ ਨੂੰ, ਬਾਪੂ ਜੀ ਨੂੰ ਪੁੱਛਿਆ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿੱਥੇ ਛੱਡ ਕੇ ਆਏ ਹੋ? ਨਾਲ ਹੀ ਕਹਿੰਦੇ ਵੀ ਜੇਲ੍ਹ ਦੇ ਸਾਰੇ ਅਫਸਰ ਵੀ ਖੜ੍ਹੇ ਸੀ ਅਤੇ ਬਾਪੂ ਜੀ ਨੇ ਕੋਈ ਗੱਲ ਨਹੀਂ ਕੀਤੀ ਔਰ ਉਹ ਰੋਂਦੇ ਰੋਂਦੇ ਕਹਿੰਦੇ ਵੀ ਵਾਪਸ ਚਲੇ ਗਏ ਔਰ ਕਹਿੰਦੇ ਮੈਨੂੰ ਇੰਨੀ ਆਵਾਜ਼ ਸੁਣੀ ਵੀ ਅਜੇ ਠੀਕ ਨਹੀਂ ਹੋਇਆ। ਫਿਰ ਉੱਥੇ ਰਹਿੰਦਿਆਂ ਜੋ ਤਸ਼ੱਦਦ ਉਹਨਾਂ 'ਤੇ ਹੋਇਆ ਆਪਾਂ ਥੋੜ੍ਹਾ ਜਿਹਾ ਜ਼ਿਕਰ ਉਹਦਾ ਕਰਦੇ ਹਾਂ। ਕਹਿੰਦੇ ਇੱਕ ਦਿਨ ਇੱਕ ਬੰਦਾ ਸਾਰੇ ਕੈਦੀਆਂ ਨੂੰ ਕੁਝ ਵੰਡ ਕੇ ਗਿਆ। ਉਹਨੇ ਮੇਰੇ ਦਰਵਾਜ਼ੇ ਮੂਹਰੇ ਵੀ ਕਾਗਜ਼ 'ਚ ਵਲੇਟੀ ਪੁੜੀ ਰੱਖਤੀ। ਮੈਂ ਉਹਨੂੰ ਚੁੱਕ ਕੇ ਜਦੋਂ ਮੂੰਹ 'ਚ ਪਾਇਆ ਤਾਂ ਮੈਨੂੰ ਇਉਂ ਲੱਗਿਆ ਕਿ ਇਹ ਕੁਛ ਠੀਕ ਨਹੀਂ ਹੈ। ਉਹ ਕਹਿੰਦੇ ਬਾਅਦ 'ਚ ਪਤਾ ਲੱਗਿਆ ਇਹ ਤੰਬਾਕੂ ਸੀ। ਮੈਨੂੰ ਕਹਿੰਦੇ ਇੱਕਦਮ ਕਰੰਟ ਪਿਆ, ਮੈਨੂੰ ਪੂਰੀ ਹੋਸ਼ ਆ ਗਈ। ਮੈਂ ਪੂਰੀ ਤਰ੍ਹਾਂ ਮਹਿਸੂਸ ਕੀਤਾ ਕਿ ਮੈਂ ਸਹੀ ਸਲਾਮਤ ਹਾਂ ਅਤੇ ਬਾਕੀ ਇੱਥੇ ਸਾਰੇ ਪਾਗਲ ਨੇ। ਜੰਗਲੇ ਦੇ ਮੂਹਰਿਓਂ ਇੱਕ ਭਾਈ ਅਖਬਾਰਾਂ ਲੈ ਕੇ ਜਾ ਰਿਹਾ ਸੀ। ਕਹਿੰਦੇ ਮੈਂ ਉਸ ਤੋਂ ਅਖਬਾਰ ਮੰਗੀ, ਉਹਨੇ ਮੈਨੂੰ ਅਖਬਾਰ ਦਿੱਤੀ। ਅਖਬਾਰ ਸੀ ਦਾ ਟ੍ਰਿਬਿਊਨ। ਮੈਂ ਅਖਬਾਰ ਪੜ੍ਹਿਆ, ਮੈਨੂੰ ਪੂਰੀ ਹੋਸ਼ ਸੀ। ਮੈਂ ਜ਼ੋਰ ਨਾਲ ਚੀਖ ਕੇ ਕਿਹਾ ਕਿ ਮੈਨੂੰ ਇਹ ਤੰਬਾਕੂ ਕਿਸਨੇ ਲਿਆਂਦਾ ਇੱਥੇ? ਕਹਿੰਦੇ ਇੱਕਦਮ ਮੈਨੂੰ ਬਹੁਤ ਗੁੱਸਾ
मेरे अंदर आ गया और एक बंदा मेरे जंगले दे कोल आया, मैं कन्नी सुनिया कहिंदे भी इस साले को मार ही दो। जदों जंगले दे नेड़े होया कहिंदे मैं बांह बाहर कढ के उहदी लत फड़ ली ते अंदर वल खिची ते दूजी लत कहिंदे मैं दूजे हथ नाल फड़ के अंदर वल खिची। कहिंदे मेरा जी किता वी इहनूं चीर ही सुट्टा। इन्ने नूं कहिंदे बहुत सारे बंदे आ गए और उन्होंने मैनू कहिंदे केसां तों फड़ के बाहर लै गए और मेरे पतालू फड़ के खिचे। कहिंदे मैनू मारन वास्ते उन्होंने बहुत बुरी तरह कटापा चाड़िया। कहिंदे फिर उही आवाज़ मेरे कन्नां च पवे भी इहनूं खत्म करो। मैनू बाहर खुले मैदान च लै गए। दो बंदियां ने मैनू बाहां तों दो जणियां ने लत्तां तों फड़ के उपर तो जमीन ते छाती भार सुट दे। पर कहिंदे फिर मैं वाहिगुरु जाप दे आसरे मोढ़े भार डिग के अपनी छाती नूं बचाउंदा रहा। अखीर वो सारे मैनू कई बार उपरों हेठां सुट के थक गए। इस पिछों मैनू चुक के मेरे कमरे च सुट के ताला ला के चले गए ते हुकम चाढ़ता भी इहनूं खाणा नहीं देना हो, इहनूं भुखा ही मरन दिओ। इदां ही बिना कुछ खाधे पीतियां दो दिन लंघ गए। पर कहिंदे मैं जिउंदा सी केवल वाहिगुरु शब्द दे जाप सदका। मैं वाजा मार के पानी मंगिया, कदे होश थोड़ी बहुत आ जांदी, कदे मैं बेसुध हो जांदा। फिर मैं पानी मंगदा, मैनूं बहुत तेह लगी सी। हौली हौली मेरी आवाज़ जिहड़ी आ उह कमज़ोर होनी शुरू हो गई। मैं जंगले दे अंदर कदे एक कंध नाल कदे दूजी कंध नाल बह के शब्द दा अभ्यास करी जावां ते नाल नाल पानी लई भी आवाज़ मारी जावां। अखीर कहिंदे भी मैं बेहोश हो गया और जंगले दे नज़दीक डिग पिया। हुण एक अजीब जिहड़ा वर्तारा वर्तिया। तीजा दिन सी, मैं कहिंदे अध मोया जा जंगले नाल लग्या बैठा सी। रात नूं कहिंदे भी मैनूं इउं लग्या जिवें कोई आदमी हाथ च लालटन लैके मेरे वल नूं आ रहा। कहिंदे उहदे दूजे हाथ च एक बाल्टी फड़ी हुई सी। रात होण करके उहदियां लत्तां ही कहिंदे मैनूं दिसियां। ਉਹ ਪਰਛਾਵੇਂ ਨੇ ਬਾਲਟੀ ਜੰਗਲੇ ਮੂਹਰੇ ਰੱਖ ਕੇ ਪਾਣੀ ਦਾ ਮੱਗਾ ਭਰ ਭਰ ਕੇ ਮੇਰੇ ਬੁੱਕ ਵਿੱਚ ਪਾਉਣਾ ਸ਼ੁਰੂ ਕੀਤਾ। ਕਹਿੰਦੇ ਵੀ ਮੈਂ ਬਹੁਤ ਰੱਜ ਕੇ ਪਾਣੀ ਪੀਤਾ, ਮੇਰੀ ਜਾਨ 'ਚ ਜਾਨ ਆਈ। ਮੈਂ ਕਹਿੰਦੇ ਉਸ ਵੇਲੇ ਚੌਂਕੜੀ ਮਾਰੀ ਬੈਠਾ ਸੀ। ਫਿਰ ਉਹ ਪਰਛਾਵੇਂ ਨੇ ਬਾਕੀ ਦਾ ਪਾਣੀ ਮੇਰੇ ਕੇਸਾਂ 'ਚ ਪਾਤਾ। ਆਪਣੇ ਵੱਲੋਂ ਕਹਿੰਦੇ ਮੈਨੂੰ ਉਹਨੇ ਨਵਾਤਾ। ਮੈਂ ਉਸੇ ਹਾਲਤ ਵਿੱਚ ਫਿਰ ਸ਼ਬਦ ਦਾ ਅਭਿਆਸ ਕਰਦਾ ਰਿਹਾ। ਕੋਈ ਪਤਾ ਨਹੀਂ ਉਹ ਕਦੋਂ ਮੈਨੂੰ ਨੀਂਦ ਆ ਗਈ। ਉੱਦਾਂ ਹੀ ਰਾਤ ਲੰਘੀ, ਕਦੋਂ ਦਿਨ ਚੜ੍ਹ ਗਿਆ। ਜਦੋਂ ਦਿਨ ਚੜ੍ਹਿਆ ਫਿਰ ਕਹਿੰਦੇ ਮੇਰੇ ਕੰਨਾਂ 'ਚ ਮੇਰੀ ਹੀ ਰਸਨਾ ਦੀ ਆਵਾਜ਼ ਵਾਹਿਗੁਰੂ ਵਾਹਿਗੁਰੂ ਪੈ ਰਹੀ ਸੀ। ਪਰ ਕਹਿੰਦੇ ਮੈਂ ਆਪਣੇ ਆਪ ਨੂੰ ਬਿਲਕੁਲ ਠੀਕ ਠਾਕ ਮਹਿਸੂਸ ਕੀਤਾ ਅਤੇ ਉਸ ਵੇਲੇ ਕਹਿੰਦੇ ਵੀ ਮਨ ਮੇਰਾ ਇੱਦਾਂ ਖੁਸ਼ ਸੀ ਵੀ ਪਹਿਲਾਂ ਮੈਨੂੰ ਇੰਨੀ ਖੁਸ਼ੀ ਨਹੀਂ ਕਦੇ ਹੋਈ। ਫਿਰ ਇਹ ਸਮਾਂ ਚੱਲਦੇ ਚੱਲਦੇ ਕਹਿੰਦੇ ਉਹ ਸਮਾਂ ਆ ਗਿਆ ਵੀ ਮੇਰੀ ਉਸ ਮੈਂਟਲ ਹੋਸਪਿਟਲ 'ਚੋਂ ਰਿਹਾਈ ਹੋਈ। ਥੋੜ੍ਹੇ ਸਮੇਂ ਬਾਅਦ ਹਸਪਤਾਲ ਦਾ ਸਾਰਾ ਅਮਲਾ ਅਫਸਰ ਵੀ ਆ ਗਏ ਮੇਰੇ ਜੰਗਲੇ ਦੇ ਮੂਹਰੇ ਖੜ੍ਹੇ। ਇਹਦੇ ਬਾਅਦ ਕਹਿੰਦੇ ਵੀ ਮੇਰੇ ਪਿਤਾ ਜੀ ਵੀ ਆ ਗਏ। ਬਾਪੂ ਜੀ ਕਹਿੰਦੇ ਸੀ ਉਹਨਾਂ ਨੂੰ ਪਿਆਰ ਨਾਲ। ਕਹਿੰਦੇ ਜਦੋਂ ਬਾਪੂ ਜੀ ਨੇ ਮੇਰੇ ਵੱਲ ਦੇਖਿਆ ਤਾਂ ਮੈਂ ਬੜੇ ਅਦਬ ਨਾਲ ਪਿਆਰ ਨਾਲ ਕਿਹਾ, ਬਾਪੂ ਜੀ ਤੁਸੀਂ ਮੈਨੂੰ ਘਰ ਕਦੋਂ ਲੈ ਕੇ ਜਾਣਾ? ਬਾਪੂ ਜੀ ਮੇਰੇ ਨੇੜੇ ਕਹਿੰਦੇ ਆ ਗਏ, ਆ ਲੈ ਕਹਿੰਦੇ ਕੱਪੜੇ ਪਾ, ਨਵੇਂ ਕੱਪੜੇ ਕਹਿੰਦੇ ਮੈਂ ਪਾ ਕੇ
ਆਪੇ ਤਿਆਰ ਹੋਇਆ। ਮੈਨੂੰ ਜੰਗਲੇ 'ਚੋਂ ਬਾਹਰ ਕੱਢਿਆ ਗਿਆ ਅਤੇ ਕਹਿੰਦੇ ਮੈਂ ਬਾਪੂ ਜੀ ਨੂੰ ਮਲ ਕੇ ਜੇ ਬੇਨਤੀ ਕੀਤੀ, ਕਹਿੰਦੇ ਵੀ 2-3 ਮਹੀਨਿਆਂ ਬਾਅਦ ਮੈਨੂੰ ਇਹ ਦੁਨੀਆ ਬਾਹਰ ਦੀ ਦੇਖਣੀ ਨਸੀਬ ਹੋਈ ਹੈ, ਇਹ ਬੜੀ ਹੋਰ ਤਰ੍ਹਾਂ ਲੱਗਦੀ ਹੈ। ਹਸਪਤਾਲ ਦੇ ਅਫਸਰ ਨੇ ਬਾਪੂ ਜੀ ਨੂੰ ਕਿਹਾ, ਇਹ ਬੱਚਾ ਤੋਂ ਕੇਵਲ ਭਗਵਾਨ ਕੇ ਭਜਨ ਹੀ ਗਾਤਾ ਥਾ, ਪਤਾ ਨਹੀਂ ਇਸ ਹਾਲਤ ਮੇਂ ਇਹ ਕੈਸੇ ਯਹਾਂ ਪਹੁੰਚ ਗਿਆ। ਚਲੋ ਹਸਪਤਾਲ ਤੋਂ ਬਾਹਰ ਆਏ ਅਤੇ ਕਹਿੰਦੇ ਮੈਂ ਬਾਪੂ ਜੀ ਨੂੰ ਬੇਨਤੀ ਕੀਤੀ ਵੀ ਮੇਰਾ ਤਾਂ ਮਨ ਜਿਹੜਾ ਦੌੜਨ ਨੂੰ ਕਰਦਾ ਹੁਣ। ਬਾਪੂ ਜੀ ਕਹਿੰਦੇ ਲੈ ਫਿਰ ਜਿੱਥੇ ਤੱਕ ਤੇਰਾ ਜੀ ਕਰਦਾ ਤੂੰ ਦੌੜ। ਅਤੇ ਮੈਂ ਕਿਹਾ ਵੀ ਮੈਂ ਸਟੇਸ਼ਨ ਤੱਕ ਦੌੜ ਕੇ ਵਾਪਸ ਆ ਜਾਊਂ। ਬਾਪੂ ਜੀ ਕਹਿੰਦੇ ਠੀਕ ਹੈ ਦੌੜ। ਕਹਿੰਦੇ ਮੈਂ ਬਾਹਰ ਨਿਕਲ ਕੇ ਦੌੜਨਾ ਸ਼ੁਰੂ ਕੀਤਾ, ਦੌੜੀ ਜਾ ਰਿਹਾ, ਬਾਜ਼ਾਰ 'ਚ ਲੋਕ ਮੈਨੂੰ ਦੇਖ ਰਹੇ ਨੇ ਪਰ ਮੈਂ ਕਹਿੰਦੇ ਕਿਸੇ ਦੀ ਪਰਵਾਹ ਨਹੀਂ ਕਰਦਾ। ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਫਿਰ ਮੈਂ ਕਹਿੰਦੇ ਯੂਟਰਨ ਪੂਰੀ ਸਪੀਡ ਨਾਲ ਦੌੜ ਕੇ ਵਾਪਸ ਜਦੋਂ ਬਾਪੂ ਜੀ ਦੇ ਕੋਲ ਪੁੱਜਾ ਤਾਂ ਉਹਨਾਂ ਨੇ ਮੈਨੂੰ ਘੁੱਟ ਕੇ ਜੱਫੀ ਪਾਈ, ਕਹਿਣ ਲੱਗੇ ਰੱਬ ਦਾ ਸ਼ੁਕਰ ਹੈ ਮੇਰਾ ਮਹਿੰਦਰ ਪੂਰੇ ਦਾ ਪੂਰਾ ਮੈਨੂੰ ਵਾਪਸ ਮਿਲ ਗਿਆ। ਕਹਿਣ ਦਾ ਭਾਵ ਵੀ ਠੀਕ ਹੋ ਗਿਆ। ਹੁਣ ਆਉਂਦਾ ਸਮਾਂ ਬਨਾਰਸ ਹਿੰਦੂ ਯੂਨੀਵਰਸਿਟੀ। ਦੱਸਦੇ ਆ ਵੀ ਬਰੇਲੀ ਤੋਂ ਗੱਡੀ ਲੈ ਕੇ ਪੰਜਾਬ ਪਹੁੰਚੇ, ਫਿਰ ਪਿੰਡ ਗਾਲੋਵਾਲ ਪਹੁੰਚੇ। ਅਗਲੇ ਦਿਨ ਬਾਪੂ ਜੀ ਕਹਿਣ ਲੱਗੇ ਮਹਿੰਦਰ ਤੂੰ ਪੜ੍ਹਾਈ ਸ਼ੁਰੂ ਕਰ। ਅਸੀਂ ਕਹਿੰਦੇ ਵੀ ਇੰਜੀਨੀਅਰਿੰਗ ਡਿਪਲੋਮੇ ਲਈ ਤੇਰੀ ਅਰਜ਼ੀ ਭੇਜਦੀ ਸੀ, ਉਹ ਮਨਜ਼ੂਰ ਹੋ ਗਈ ਹੈ ਅਤੇ ਤੇਰੀ ਸਿਲੈਕਸ਼ਨ ਦੀ ਚਿੱਠੀ ਵੀ ਆ ਗਈ ਹੈ। ਚਲੋ ਫਿਰ ਮੈਂ ਕਹਿੰਦੇ ਵੀ ਬਨਾਰਸ ਜਾ ਕੇ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕੀਤੀ। 2.5-3 ਸਾਲ ਦਾ ਕੋਰਸ ਸੀ। ਬਨਾਰਸ ਪੁੱਜ ਕੇ ਕਹਿੰਦੇ ਵੀ ਬੜੀ ਮੈਨੂੰ ਉੱਥੇ ਸ਼ਾਂਤੀ ਮਿਲੀ। ਮੈਂ ਇਹ ਗੱਲ ਦੀ ਖੋਜ ਕੀਤੀ ਕਿ ਇਹ ਯੂਨੀਵਰਸਿਟੀ ਕਿਵੇਂ ਬਣੀ। ਮਦਨ ਮੋਹਨ ਮਾਲਵੀਆ ਇੱਕ ਹਿੰਦੂ ਯੂਨੀਵਰਸਿਟੀ ਬਣਾਉਣਾ ਚਾਹੁੰਦਾ ਸੀ। ਜਿਸ ਜ਼ਮੀਨ 'ਤੇ ਯੂਨੀਵਰਸਿਟੀ ਬਣਨੀ ਸੀ ਉਹ ਉੱਥੋਂ ਦੇ ਰਾਜੇ ਦੀ ਸੀ ਅਤੇ ਰਾਜਾ ਜ਼ਮੀਨ ਦੇਣ ਲਈ ਤਿਆਰ ਨਹੀਂ ਸੀ। ਰਾਜੇ ਨੂੰ ਮਨਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਉਹ ਮੰਨਿਆ ਨਹੀਂ। ਅਖੀਰ ਮਦਨ ਮੋਹਨ ਮਾਲਵੀਆ ਇੱਕ ਦਰਖਤ 'ਤੇ ਚੜ੍ਹ ਗਿਆ, ਉੱਚੀ ਉੱਚੀ ਕਹਿਣ ਲੱਗਾ ਜੇ ਰਾਜਾ ਜ਼ਮੀਨ ਦੇਣ ਲਈ ਰਾਜ਼ੀ ਨਾ ਹੋਇਆ ਤਾਂ ਮੈਂ ਦਰਖਤ ਤੋਂ ਛਾਲ ਮਾਰ ਕੇ ਬ੍ਰਹਮ ਹੱਤਿਆ ਕਰ ਲੂੰ। ਅਖੀਰ ਰਾਜਾ ਜ਼ਮੀਨ ਦੇਣ ਲਈ ਰਾਜ਼ੀ ਹੋ ਗਿਆ। ਉਹੀ ਮਦਨ ਮੋਹਨ ਮਾਲਵੀਆ ਜਿਹੜਾ ਗੁਰੂ ਕੇ ਬਾਗ ਦਾ ਸਾਕਾ ਦੇਖ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਸੀ ਕਿ ਇਹਨੇ ਐਲਾਨ ਕੀਤਾ, ਤਕੀਦ ਕੀਤੀ ਕਿ ਹਰ ਹਿੰਦੂ ਪਰਿਵਾਰ ਆਪਣਾ ਵੱਡਾ ਲੜਕਾ ਸਿੱਖ ਬਣਾਏ। ਇਹਨੂੰ ਹਿੰਦੂਆਂ ਨੇ ਮੰਨਿਆ ਔਰ ਇਹਨੂੰ ਪੂਰਾ ਵੀ ਕੀਤਾ। ਮਦਨ ਮੋਹਨ ਮਾਲਵੀਆ ਦੱਸਦੇ ਆ ਵੀ ਸਿੱਖਾਂ ਦੀ ਬਹੁਤ ਕਦਰ ਕਰਦਾ ਸੀ। ਇੱਦਾਂ ਹੀ ਉਹਨੇ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਜਿਹੜਾ ਸੀ ਉਹ ਬਾਬਾ ਅਤਰ ਸਿੰਘ ਜੀ ਪਾਸੋਂ 1914 'ਚ ਕਹਿੰਦੇ ਰਖਵਾਇਆ। ਇਹ ਹਿੰਦੁਸਤਾਨ 'ਚ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਸੀ। ਅੰਗਰੇਜ਼ੀ ਰਾਜ ਦੇ ਵਿੱਚ ਇਹ ਸਮਝ ਲਓ ਵੀ ਭਾਰਤੀਆਂ ਦੀ ਪਹਿਲੀ ਵੱਡੀ ਉਪਲਬਧੀ ਸੀ। ਤੋ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਸਿੱਖਾਂ ਲਈ ਗੁਰਦੁਆਰਾ ਵੀ ਸੀ। ਮੈਂ ਕਹਿੰਦੇ ਵੀ ਰੋਜ਼ ਨੇਮ ਨਾਲ ਉੱਥੇ ਕਾਲਜ ਜਾਣ ਤੋਂ ਪਹਿਲਾਂ ਗੁਰੂ ਘਰ ਜਾ ਕੇ ਮੈਂ ਸੇਵਾ ਸੰਭਾਲ ਦਾ ਕੰਮ ਕਰਨਾ, ਸੇਵਾ ਕਰਨੀ ਉੱਥੇ। ਇਸੇ ਟਾਈਮ 'ਚ ਕਹਿੰਦੇ ਪੰਜਾਬ ਦੀ ਹਾਕੀ ਟੀਮ ਯੂਨੀਵਰਸਿਟੀ ਵਿੱਚ ਮੈਚ ਖੇਡਣ ਲਈ ਆਈ। ਟੀਮ ਦਾ ਕਪਤਾਨ ਸੀ ਸਰਦਾਰ ਬਲਬੀਰ ਸਿੰਘ, ਬਹੁਤ ਪ੍ਰਸਿੱਧ ਹਾਕੀ ਦੇ ਪਲੇਅਰ ਹੋਏ ਨੇ। ਪੰਜਾਬ ਦੀ ਟੀਮ ਦੇ ਸਾਰੇ ਖਿਡਾਰੀਆਂ ਦੇ ਸਿਰਾਂ 'ਤੇ ਜੂੜਿਆਂ 'ਤੇ ਕਹਿੰਦੇ ਚਿੱਟੇ ਰੁਮਾਲ। ਪੰਜਾਬ ਦੀ ਟੀਮ ਨੇ ਯੂਨੀਵਰਸਿਟੀ ਨੂੰ ਯਾਦ ਹੈ ਕਹਿੰਦੇ ਵੀ ਉਸ ਵੇਲੇ 18 ਗੋਲਾਂ ਨਾਲ ਹਰਾਇਆ। ਚਲੋ ਉੱਥੇ ਰਹਿੰਦੇ ਰਹਿੰਦਿਆਂ ਫਿਰ ਬਨਾਰਸ ਦੇ ਨਾਲ ਸੰਬੰਧ ਭਗਤ ਕਬੀਰ ਜੀ ਦਾ। ਕਹਿੰਦੇ ਮੈਂ ਸਹਿਜੇ ਸਹਿਜੇ ਬਨਾਰਸ ਦੇ ਮੰਦਰਾਂ ਨੂੰ ਦੇਖਣਾ ਸ਼ੁਰੂ ਕੀਤਾ। ਸਭ ਤੋਂ ਵੱਡਾ ਦੁੱਖ ਮੈਨੂੰ ਇੱਕ ਮੰਦਰ ਦੇਖ ਕੇ ਹੋਇਆ ਕਿਉਂਕਿ ਉਹਦੀਆਂ ਲੱਕੜ ਦੀਆਂ ਦੀਵਾਰਾਂ 'ਤੇ
ਕੋਕ ਸ਼ਾਸਤਰ ਦੇ ਆਸਣਾਂ ਦਾ ਪ੍ਰਗਟਾਵਾ ਕੀਤਾ ਸੀ। ਕਹਿੰਦੇ ਫਿਰ ਮੈਂ ਕਬੀਰ ਸਾਹਿਬ ਦੀ ਪੱਟੀ ਜੁਲਾਹਾ ਪੱਟੀ ਗਿਆ, ਉਹਨਾਂ ਦਾ ਗ੍ਰੰਥ ਪੜ੍ਹਿਆ। ਮੈਂ ਕਬੀਰ ਪੰਥੀਆਂ ਨਾਲ ਚਰਚਾ ਵੀ ਕੀਤੀ ਅਤੇ ਕਬੀਰ ਸਾਹਿਬ ਦੀ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸੀ ਉਸ ਬਾਰੇ ਉਹਨਾਂ ਨੂੰ ਦੱਸਿਆ। ਕਬੀਰ ਪੰਥੀ ਹਮੇਸ਼ਾ ਉਹ ਕਹਿੰਦੇ ਸੀ ਕਿ ਸਾਡੇ ਪਾਸ ਕਬੀਰ ਸਾਹਿਬ ਦੀ ਇਹ ਬਾਣੀ ਨਹੀਂ ਹੈ। ਕਬੀਰ ਪੰਥੀਆਂ ਨੇ ਕਹਿੰਦੇ ਮੈਨੂੰ ਦੱਸਿਆ ਕਿ ਬਨਾਰਸ ਦੇ ਲਾਗੇ ਮਗਰ ਦਾ ਇਲਾਕਾ ਹੈ ਜਿੱਥੇ ਕੋਈ ਵਸੋਂ ਨਹੀਂ ਹੈ, ਕਿਉਂਕਿ ਕਬੀਰ ਪੰਥੀ ਇਹ ਸਮਝਦੇ ਸੀ ਕਿ ਬ੍ਰਾਹਮਣੋਂ ਨੇ ਸ਼ਰਾਬ ਦਿੱਤਾ ਥਾ ਕਿ ਜੋ ਮਗਰ ਮਰੇਗਾ ਵੋ ਗਧੇ ਕੀ ਜੂਨ ਮੇਂ ਪੜੇਗਾ, ਜੋ ਬਨਾਰਸ ਪੜੇਗਾ ਉਸਕੀ ਮੁਕਤੀ ਹੋਗੀ। ਫਿਰ ਕਹਿੰਦੇ ਵੀ ਕਬੀਰ ਜੀ ਦੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਮੈਂ ਪੜ੍ਹ ਕੇ ਸੁਣਾਈ। ਪਹਿਲੇ ਦਰਸ਼ਨ ਮਗ ਹਰ ਪਾਇਓ ਪੁਨ ਕਾਂਸ਼ੀ ਬਸਿਆਈ। ਚਲੋ ਪਰ ਉਹਨਾਂ ਦੀ ਖੋਜ ਨਹੀਂ ਮੁੱਕੀ ਇੱਥੇ, ਪੜ੍ਹਾਈ ਦੇ ਨਾਲ ਨਾਲ ਕਹਿੰਦੇ ਸਾਰੀ ਇਹ ਹਿਸਟੋਰੀਕਲ ਰਿਸਰਚ ਵੀ ਕਰਦੇ ਰਹੇ। ਕਹਿੰਦੇ ਉਸ ਇਤਿਹਾਸਕ ਖੋਜ ਤੋਂ ਮੈਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਦਾ ਮਿਲਾਪ ਕਬੀਰ ਸਾਹਿਬ ਨਾਲ ਜਦੋਂ ਹੋਇਆ ਤਾਂ ਕਬੀਰ ਜੀ ਉਦੋਂ 120 ਸਾਲ ਦੇ ਹੋ ਚੁੱਕੇ ਸੀ, ਜਦੋਂ ਕਿ ਗੁਰੂ ਨਾਨਕ ਸਾਹਿਬ ਚੜ੍ਹਦੀ ਜਵਾਨੀ 'ਚ। ਭਾਵੇਂ ਕਬੀਰ ਜੀ ਬਨਾਰਸ ਦੇ ਹੀ ਸੀ ਪਰ ਉਹਨਾਂ ਆਪਣੇ ਸਾਰੇ ਸਾਥੀਆਂ ਨੂੰ ਕਿਹਾ ਕਿ ਜਿਹਦਾ ਹਵਾਲਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ ਕਿ ਮੈਂ ਅਤੇ ਮੇਰੇ ਸਾਥੀ ਹੁਣ ਤੋਂ ਮਗਹਰ ਨੂੰ ਆਪਣਾ ਮੁੱਖ ਕੇਂਦਰ ਬਣਾਉਂਦੇ ਹਾਂ, ਮੈਂ ਦੇਖਦਾ ਕਿ ਸਾਨੂੰ ਕਿੱਦਾਂ ਖੋਤੇ ਦੀ ਜੂਨ ਮਿਲਦੀ ਆ। ਕਬੀਰ ਸਾਹਿਬ ਬਾਬਾ ਨਾਨਕ ਸਾਹਿਬ ਉਹਨਾਂ ਦਾ ਮੇਲ ਵੀ ਮਗਰ ਹੀ ਹੋਇਆ। ਦੋਨਾਂ ਨੇ ਫਿਰ ਕਹਿੰਦੇ ਬ੍ਰਹਮ ਗਿਆਨ ਸਾਂਝਾ ਕੀਤਾ। ਫਿਰ ਉਹਦੇ ਬਾਅਦ ਕਬੀਰ ਸਾਹਿਬ ਮਗਰ ਤੋਂ ਕਾਂਸ਼ੀ ਵਾਪਸ ਆਏ। ਚਲੋ ਇਹ ਗੱਲਾਂ ਥੋੜ੍ਹੀਆਂ ਥੋੜ੍ਹੀਆਂ ਸਾਂਝੀਆਂ ਕਰਦੇ ਰਹੇ। ਫਿਰ ਉਹਦੇ ਬਾਅਦ ਕਹਿੰਦੇ ਵੀ ਮੈਂ ਆਪਣਾ ਇੰਜੀਨੀਅਰਿੰਗ ਦਾ ਕੋਰਸ ਪੂਰਾ ਕਰਕੇ ਜਦੋਂ ਫਾਈਨਲ ਐਗਜ਼ਾਮ ਪਾਸ ਕੀਤਾ ਅਤੇ ਯੂਨੀਵਰਸਿਟੀ ਵਿੱਚੋਂ ਫਸਟ ਆਇਆ। ਇਹਦੇ ਬਾਅਦ ਪ੍ਰੈਕਟੀਕਲ ਟ੍ਰੇਨਿੰਗ ਸੈਂਟਰਲ PWD ਦੇਹਰਾਦੂਨ ਪੂਰੀ ਕੀਤੀ। ਇੱਕ ਉਹਨਾਂ ਦੱਸਿਆ ਵੀ ਜਿਵੇਂ ਪੱਟੀ ਕਬੀਰ ਜੀ ਉਹ ਪੰਨਾ ਨੰਬਰ 342 ਉੱਥੇ ਇੱਕ ਸ਼ਬਦ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਧੱਦਾ ਅਰਧੈ ਉਰਧ ਨਵੇਰਾ ਅਰਧੈ ਉਰਧ ਮੰਝ ਵਸੇਰਾ ਅਰਧੈ ਛਾੜ ਉਰਧ ਜੋ ਆਵਾ ਤੋ ਅਰਾਧੈ ਉਰਧ ਮਿਲਿਆ ਸੁਖ ਪਾਵਾਂ। ਅਰਧੈ ਛਾੜ ਉਰਧ ਜੋ ਆਵਾ ਤੋ ਅਰਧੈ ਉਰਧ ਮਿਲਿਆ ਸੁਖ ਪਾਵਾਂ। ਬੜੀ ਕਹਿੰਦੇ ਹੈਰਾਨੀ ਦੀ ਗੱਲ ਹੈ, ਕਬੀਰ ਸਾਹਿਬ ਨੂੰ ਗੁਰਮੁਖੀ ਲਿਪੀ ਦਾ ਧੱਦਾ ਕਿਵੇਂ ਆ ਗਿਆ। ਕਹਿੰਦੇ ਮੈਂ ਦੁਨੀਆਂ 'ਚ ਇੱਥੇ ਵਲੈਤ ਇੰਗਲੈਂਡ ਅਮਰੀਕਾ ਕਨੇਡਾ ਹੋਰ ਕਈ ਦੇਸ਼ਾਂ 'ਚ ਕਹਿੰਦੇ ਕਬੀਰ ਪੰਥੀਆਂ ਨੂੰ ਮਿਲਿਆ, ਪੁੱਛਿਆ ਕਿ ਕਬੀਰ ਸਾਹਿਬ ਕੋਲ ਗੁਰਮੁਖੀ ਦੇ ਅੱਖਰ ਕਿਵੇਂ ਅਤੇ ਕਿੱਥੋਂ ਆਏ। ਕਹਿੰਦੇ ਇਹਦਾ ਦੁਨੀਆਂ 'ਚ ਕਿਸੇ ਤੋਂ ਵੀ ਮੈਨੂੰ ਤਸੱਲੀ ਵਾਲਾ ਜਵਾਬ ਨਹੀਂ ਮਿਲਿਆ। ਫਿਰ ਦੱਸਦੇ ਆ ਵੀ ਕਬੀਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਮਹੱਲਿਆਂ ਦੀ ਬਾਣੀ ਤੋਂ ਬਾਅਦ ਦਰਜ ਕੀਤੀ ਗਈ ਆ। ਸੋ ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ ਭਗਤਾਂ ਅਤੇ ਸਿੱਖਾਂ ਦੀ ਬਾਣੀ ਤੋਂ ਪਹਿਲਾਂ ਦਰਜ ਕੀਤੀ ਗਈ ਹੈ। ਦੁਨੀਆਂ ਵਿੱਚ ਕੋਈ ਇਸ ਦਾ ਭੇਦ ਨਹੀਂ ਕੱਢ ਸਕਿਆ। ਕਬੀਰ ਜੀ ਕਰਮਖੰਡ ਬਖਸ਼ਿਸ਼ ਦਾ ਖੰਡ ਉਹਦੇ ਵਾਸੀ ਨੇ ਗੁਰਬਾਣੀ 'ਚ ਲਿਖਿਆ, ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ। ਇਸ ਖੰਡ ਵਿੱਚ ਜਿੰਨੇ ਵੀ ਭਗਤ ਨੇ ਉਹਨਾਂ ਨਾਲ ਲੋਹਾਂ ਪੁਰੀਆਂ ਭਰੀਆਂ ਪਈਆਂ ਨੇ, ਉਹ ਹੁਣ ਵੀ ਜਿਉਂਦੇ ਨੇ। ਤੋ ਕਹਿੰਦੇ ਵੀ ਪ੍ਰਭੂ ਦੀ ਦਿੱਤੀ ਸੋਝੀ ਮੁਤਾਬਕ ਮੈਨੂੰ ਇਉਂ ਲੱਗਦਾ ਵੀ ਬਾਣੀ ਇਸ ਬ੍ਰਹਮ ਗਿਆਨ ਵਿੱਚ ਗੁਰੂ ਅਰਜਨ ਪਾਤਸ਼ਾਹ ਨੇ ਆਪ ਦਿੱਤੀ, ਬਾਕੀ ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ। ਗੁਰੂ ਅਰਜਨ ਦੇਵ ਜੀ
ਜਦੋਂ ਬਾਣੀ ਦੀ ਪੋਥੀ ਬਣਾ ਰਹੇ ਸੀ ਉਸ ਵੇਲੇ ਸਾਰੇ ਭਗਤਾਂ ਦੀ ਬਾਣੀ ਸੰਪਾਦਿਤ ਕਰਨ ਲਈ ਉੱਪਰ ਚਲੇ ਜਾਂਦੇ। ਇਹ ਸਾਰੇ ਬ੍ਰਹਮ ਬੇਤਿਆਂ ਲਈ ਮਾਮੂਲੀ ਜੀ ਗੱਲ ਹੈ। ਖੋਜ ਕਰਨ 'ਤੇ ਪਤਾ ਲੱਗਾ ਦਿਵ ਦ੍ਰਿਸ਼ਟੀ ਤੋਂ ਭਗਤਾਂ ਦੀ ਸਾਰੀ ਬਾਣੀ ਇਸ ਪੋਥੀ ਵਿੱਚ ਆਪ ਗੁਰੂ ਅਰਜਨ ਪਾਤਸ਼ਾਹ ਨੇ ਦਰਜ ਕਰਾਈ। ਬਾਕੀ ਕਹਿੰਦੇ ਬਾਰ ਬਾਰ ਇਹੋ ਰਿਪੀਟ ਕਰਦੇ ਸੀ। ਬਾਕੀ ਕਹਿੰਦੇ ਸਤਿਗੁਰ ਕੀ ਮਹਿਮਾ ਕੇਵਲ ਸਤਿਗੁਰ ਹੀ ਜਾਣਦਾ ਹੈ। ਫਿਰ ਇਹਦੇ ਬਾਅਦ ਉਹਨਾਂ ਥੋੜ੍ਹਾ ਆਪਣੇ ਪਰਿਵਾਰਕ ਜ਼ਿੰਦਗੀ ਦਾ ਹਵਾਲਾ ਦਿੱਤਾ। ਕਹਿੰਦੇ ਵੀ ਫਿਰ ਮੇਰਾ ਵਿਆਹ ਕ੍ਰਿਸ਼ਨ ਕੌਰ ਜੀ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਬੀ ਜੀ ਕਹਿੰਦੇ ਹੁੰਦੇ ਸੀ, ਉਹ ਵੀ ਪਿਛਲੇ ਸਾਲ ਹੀ ਕਰੀਬ ਜੂਨ ਜੁਲਾਈ ਦੇ ਮਹੀਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਅਗਲੇ ਜਹਾਨ ਚਲੇ ਗਏ। ਸੋ ਕਹਿੰਦੇ ਵੀ ਮੇਰਾ ਵਿਆਹ ਕ੍ਰਿਸ਼ਨ ਕੌਰ ਪੁੱਤਰੀ ਸਰਦਾਰ ਮੇਹਰ ਸਿੰਘ ਪੁਰਾਣਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਨਾਲ ਕਹਿੰਦੇ 1953 'ਚ ਵਿਆਹ ਹੋ ਗਿਆ। ਕਹਿੰਦੇ ਵੀ ਮੇਰੇ ਘਰ ਪਰਿਵਾਰ 'ਚ ਇੱਕ ਮੁੰਡਾ ਅਤੇ 5 ਕੁੜੀਆਂ ਨੇ ਜੋ ਸਾਰੇ ਆਪਣੇ ਆਪਣੇ ਪਰਿਵਾਰਾਂ 'ਚ ਖੁਸ਼ ਨੇ। ਕਹਿੰਦੇ ਮੇਰਾ ਇਹ ਸੁਭਾਗ ਹੋਇਆ ਵੀ ਮੈਂ ਅਖੰਡ ਕੀਰਤਨੀ ਜਥੇ ਦਾ ਮੈਂਬਰ ਬਣ ਗਿਆ। ਕਹਿੰਦੇ ਦੇਸ਼ਾਂ ਪ੍ਰਦੇਸ਼ਾਂ 'ਚ ਕਹਿੰਦੇ ਵੀ ਕੀਰਤਨ ਸਮਾਗਮਾਂ ਦੌਰਾਨ ਮੋਹਰਲਿਆਂ ਜਥਿਆਂ 'ਚ ਕਹਿੰਦੇ ਵੀ ਸ਼ੁਮਾਰ ਹੋ ਗਿਆ। ਲੋਕਾਂ ਦੇ ਵਿੱਚ ਭਾਈ ਮਹਿੰਦਰ ਸਿੰਘ ਜੀ ਪਟਿਆਲੇ ਵਾਲੇ ਕਰਕੇ ਸੰਗਤ 'ਚ ਜਾਣ ਪਛਾਣ ਹੋ ਗਈ। ਕਹਿੰਦੇ ਮੈਂ ਪੂਰੀ ਤਰ੍ਹਾਂ ਅਖੰਡ ਕੀਰਤਨੀ ਜਥੇ ਨਾਲ ਜੁੜ ਗਿਆ। ਉਹਨਾਂ ਦੱਸਿਆ ਵੀ ਆਹ ਸ਼ਬਦ ਜਿੱਦਾਂ ਵੀ ਇਹਨਾਂ ਨੂੰ ਮੈਂ ਇਹਨਾਂ ਦਾ ਭਾਵ ਮੈਂ ਕੀਰਤਨ ਕਰਨਾ ਹੀ ਸਮਝਦਾ ਸੀ। ਗੁਰ ਸ਼ੁਭ ਦ੍ਰਿਸ਼ ਸਭ ਉੱਪਰ ਕਰੀ ਜਿਸ ਕੈ ਹਿਰਦੈ ਮੰਤਰ ਦੇ ਹਰੀ, ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਹਰ ਹਰ ਨਾਮ ਦੀਓ ਕੀਰਤਨ ਕੋ ਭਈ ਹਮਾਰੀ ਗਾਤ। ਕਹਿੰਦੇ ਵੀ ਮੈਂ ਅਖੰਡ ਕੀਰਤਨੀ ਜਥੇ ਨਾਲ ਇੰਨਾ ਮੈਂ ਡੈਡੀਕੇਟਿਡ ਹੋਇਆ, ਇੰਨਾ ਸਮਰਪਿਤ ਹੋਇਆ ਕਿ ਜਥੇ ਦੀ ਸਰਬਲੋਆਦ ਦੀ ਮਰਿਆਦਾ ਦਾ ਮੈਂ ਦਿਲੋਂ ਪਾਲਣ ਕੀਤਾ। ਕਹਿੰਦੇ ਇਸੇ ਜਨੂੰਨ ਦੇ ਵਿੱਚ, ਇਸੇ ਪਿਆਰ ਸਤਿਕਾਰ ਦੇ ਵਿੱਚ 2 ਵਾਰ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਅਖੰਡ ਪਾਠ ਮਰਿਆਦਾ ਮੁਤਾਬਕ ਇੱਕੋ ਚੌਂਕੜੇ 'ਚ ਕੀਤਾ। ਪਰ ਕਹਿੰਦੇ ਹੌਲੀ ਹੌਲੀ ਉਮਰ ਦੇ ਨਾਲ ਇਹ ਸਮਝ ਆਈ ਬਈ ਗੁਰੂ ਘਰ 'ਚ ਹੱਠ ਧਰਮੀ ਕਬੂਲ ਨਹੀਂ, ਬਲਕਿ ਇਹ ਇੱਕ ਫੋਕਾ ਕਰਮ ਕਾਂਡ ਬਣ ਗਿਆ, ਇਹ ਉਹਨਾਂ ਦੀ ਜ਼ੁਬਾਨੀ। ਚਲੋ ਇਸੇ ਦੌਰਾਨ ਫਿਰ ਸਾਡੇ ਮਾਤਾ ਪਿਤਾ ਦੇ ਨਾਲ ਉਹਨਾਂ ਦਾ ਪਟਿਆਲੇ 'ਚ ਹੀ ਇੱਕ ਖਾਸ ਰਿਸ਼ਤਾ ਕਾਇਮ ਹੋ ਗਿਆ। ਸੰਗਤ ਇਹੋ ਸਮਝਦੀ ਹੈ ਵੀ ਇਹ ਸਾਥੀ ਸੀ ਇੱਕ ਦੂਜੇ ਦੇ, ਪਰ ਮੇਰੇ ਮਾਤਾ ਜੀ ਨੂੰ ਉਹਨਾਂ ਨੇ ਆਪਣੀ ਬੇਟੀ ਬਣਾਇਆ ਹੋਇਆ ਸੀ ਔਰ ਮੇਰੇ ਪਿਤਾ ਜੀ ਨੂੰ ਉਹਨਾਂ ਨੇ ਆਪਣਾ ਬੇਟਾ, ਪਿਤਾ ਜੀ ਦਾ ਨਾਮ ਵੀ ਭਾਈ ਮਹਿੰਦਰ ਸਿੰਘ ਸੀ। ਚਲੋ ਇੱਧਰ ਨੂੰ ਨਹੀਂ ਜਾਣਾ। ਕਹਿੰਦੇ ਵੀ ਇੱਦਾਂ ਹੀ ਸੰਗਤਾਂ ਦੇ ਵਿੱਚ ਕੀਰਤਨ ਸਮਾਗਮਾਂ ਦੇ ਵਿੱਚ ਬਹੁਤ ਕਹਿੰਦੇ ਮੇਰਾ ਸਮਾਂ ਇੱਦਾਂ ਹੀ ਲੰਘਿਆ। ਇਸੇ ਦੌਰਾਨ ਕਹਿੰਦੇ 1977 'ਚ ਮੈਂ ਰਿਟਾਇਰਮੈਂਟ ਲੈ ਕੇ ਅਮਰੀਕਾ ਆ ਗਿਆ। ਕਹਿੰਦੇ ਪੰਜਾਬ ਨੌਕਰੀ ਕਰਦਿਆਂ ਉਸ ਸਮੇਂ ਦੇ ਸਿਸਟਮ ਅਤੇ ਹਾਲਾਤਾਂ ਕਰਕੇ ਮੈਨੂੰ ਬੜੀ ਘੁੱਟਣ ਮਹਿਸੂਸ ਹੁੰਦੀ ਸੀ। ਕਹਿੰਦੇ ਜਿੱਦਾਂ ਦਾ ਹਾਲ ਉਸ ਵੇਲੇ ਆਮ ਲੋਕਾਂ ਦਾ ਸੀ, ਮੈਂ ਇੱਦਾਂ ਇੱਦਾਂ ਉਹਨੂੰ ਉਹ ਬਿਆਨ ਕਰਦੇ ਸੀ
ਕਹਿੰਦੇ ਕਿਸੇ ਦੀ ਸੜੇ ਕਿਸੇ ਦੀ ਬਲੇ ਕਿਸੇ ਦੀ ਭੁੱਚਰ ਵਾਂਗੂ ਪਲੇ ਖਾਈ ਜਾ ਤੂੰ ਖਾਈ ਜਾ ਇਹ ਭੇਤ ਕਿਹੜਾ ਜਾਣਦਾ ਨੀਵੀਂ ਪਾ ਕੇ ਖਾਈ ਜਾ ਅਤੇ ਉੱਤੋਂ ਰੌਲਾ ਪਾਈ ਜਾ ਗਲੀ ਗਲੀ ਕੁੱਚੇ ਕੁੱਚੇ ਫਰਸ਼ ਉਸ ਬੰਨਿਆ ਹੋਰ ਕੁਝ ਹੁੰਦਾ ਨਹੀਂ ਤਾਂ ਮੋਰੀਆਂ ਬਣਾਈ ਜਾ ਖਾਈ ਜਾ ਤੂੰ ਖਾਈ ਜਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਹ ਕਵਿਤਾ ਉਹਨਾਂ ਨੇ ਕਿੱਥੋਂ ਲਈ ਹੈ ਪਰ ਇਹ ਉਹ ਪੜ੍ਹ ਕੇ ਉਹਨਾਂ ਨੇ ਸੁਣਾਈ ਪਰ ਫਿਰ ਆਪਣੇ ਉਸ ਪੁਰਾਣੇ ਸਮੇਂ 'ਚ ਦੱਸਦੇ ਆ ਵੀ 1950 ਤੋਂ 1977-78 ਤੱਕ ਨਾਮ ਅਭਿਆਸ ਦੇ ਪ੍ਰਭਾਵ ਸਦਕਾ ਕਹਿੰਦੇ ਜੋ ਥੋੜ੍ਹੀ ਬਹੁਤ ਸੋਝੀ ਆਈ ਉਹੀ ਸੋਝੀ ਮੇਰੇ ਜੀਵਨ ਨੂੰ ਅੱਗੇ ਤੋਰਦੀ ਰਹੀ ਕਹਿੰਦੇ 1985 'ਚ ਮੈਂ ਵਿੰਡਸਰ ਦਰਿਆ ਦੇ ਕੰਢੇ ਇੱਕ ਮੇਰੇ ਨਾਲ ਘਟਨਾ ਵਾਪਰੀ ਕਹਿੰਦੇ ਵੀ ਅਗਲੇ ਦਿਨ ਕੈਲੀਫੋਰਨੀਆ ਰੈਂਟਸ ਬਾਈ ਕੀਰਤਨ 'ਤੇ ਪਹੁੰਚਣਾ ਸੀ ਰੋਜ਼ ਸ਼ਾਮ ਨੂੰ ਕਹਿੰਦੇ ਸੋਦਰ ਦੀ ਬਾਣੀ ਪੜ੍ਹਦਿਆਂ ਵਿੰਡਸਰ ਦਰਿਆ ਦੇ ਕੰਢੇ ਕੰਢੇ ਮੈਂ ਪੈਦਲ ਤੁਰਿਆ ਜਾ ਰਿਹਾ ਸੀ ਮੇਰੀ ਰੂਹ ਕੀਤੀ ਮੈਂ ਕਹਿੰਦੇ ਉਹ ਇੱਕ ਥਾਂ 'ਤੇ ਆ ਕੇ ਬਹਿ ਗਿਆ ਕਹਿੰਦੇ ਅਚਾਨਕ ਮੇਰੀ ਆਤਮਾ ਨੂੰ ਕਿਸੇ ਗੈਬੀ ਸ਼ਕਤੀ ਨੇ ਸਵਾਲ ਕੀਤਾ ਮਹਿੰਦਰਾ ਤੇਰੀ ਅੱਜ ਤੱਕ ਦੀ ਪ੍ਰਾਪਤੀ ਕੀ ਹੈ ਕਹਿੰਦੇ ਬੜਾ ਸੋਚ ਸਮਝ ਕੇ ਮੇਰੀ ਅੰਤਰ ਆਤਮਾ ਨੇ ਜਵਾਬ ਦਿੱਤਾ ਵੀ ਜ਼ੀਰੋ ਕਹਿੰਦੇ ਜਦੋਂ ਇਹ ਜਵਾਬ ਮੇਰੇ ਰਸਨਾ ਤੋਂ ਨਿਕਲਿਆ ਮੈਨੂੰ ਇਹ ਜਵਾਬ ਬਿਜਲੀ ਦੇ ਕਰੰਟ ਵਾਂਗੂ ਲੱਗਾ ਮਨ ਵਿਆਕੁਲ ਹੋ ਗਿਆ ਇਹ ਇੱਕ ਐਸੀ ਸੱਚਾਈ ਸੀ ਵੀ ਜਿਹਨੇ ਮੈਨੂੰ ਆਪਾ ਚੀਨਣ ਦਾ ਮੌਕਾ ਦਿੱਤਾ ਕਹਿੰਦੇ ਵੀ ਮੈਂ ਰਹਿਣ ਸਵਾਈ ਵਿੱਚ ਜਿਹੜੇ ਸ਼ਬਦ ਉਸ ਵੇਲੇ ਗੁਰੂ ਸਾਹਿਬ ਨੇ ਪੜ੍ਹਵਾਏ ਉਹਨਾਂ ਨੇ ਜਿਵੇਂ ਕਹਿੰਦੇ ਆ ਵੀ ਬਲਦੀ 'ਤੇ ਤੇਲ ਦਾ ਕੰਮ ਕੀਤਾ ਉਹ ਸ਼ਬਦ ਹੀ ਉਹਨਾਂ ਨੇ ਪੜ੍ਹੇ ਉੱਥੇ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਇਸੇ ਪ੍ਰਕਰਨ ਦੇ ਉੱਤੇ ਉਹਨਾਂ ਨੇ ਆਪਾਂ ਸਾਰੇ ਜਾਣਦੇ ਹਾਂ ਵੀ ਉਹ ਬਾਣੀ ਦੀ ਬੜੀ 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 ਸੋਝੀ ਰੱਖਦੇ ਸੀ ਔਰ ਉਹਨਾਂ ਨੇ ਇੱਕ ਦੇ ਬਾਅਦ ਇੱਕ ਸ਼ਬਦ ਐਸੇ ਪੜ੍ਹੇ ਔਰ ਕਈ ਘੰਟਿਆਂ ਬੱਧੀ ਕੀਰਤਨ ਕੀਤਾ ਕਹਿੰਦੇ ਮੇਰੀ 60 ਸਾਲ ਦੀ ਉਮਰ 'ਚ ਜਾ ਕੇ ਗੁਰਬਾਣੀ ਦੀ ਆਹ ਤੁੱਕ ਦੀ ਮੈਨੂੰ ਸਮਝ ਆਈ ਕਿ ਕੀਰਤਨ ਕੀ ਹੈ ਗੁਰਮੁਖ ਪ੍ਰਣਾਲੀ ਵਿੱਚ ਆ ਕੇ ਨਾਮ ਜਪਣਾ ਹੀ ਕੀਰਤਨ ਹੈ ਗੁਰਮੁਖ ਸਿਸਟਮ ਦੇ ਵਿੱਚ ਆ ਕੇ ਨਾਮ ਜਪਣਾ ਹੀ ਕੀਰਤਨ ਹੈ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਕਿਹੜਾ ਗੁਰਮੁਖ ਜਪੀਐ ਲਾਏ ਧਿਆਨਾ ਇੱਕ ਨਾਮ ਦਾ ਜਪਣਾ ਇੱਕ ਸ਼ਬਦ ਦਾ ਅਭਿਆਸ ਹੀ ਕੀਰਤਨ ਹੈ ਕਹਿੰਦੇ ਇਹ ਆਤਮਕ ਝਟਕਾ ਜਦੋਂ ਮੈਨੂੰ ਵੱਜਿਆ ਉਹਦੀ ਵਜ੍ਹਾ ਕਰਕੇ ਮੈਂ ਫਿਰ ਥੋੜ੍ਹਾ ਸਮਾਂ ਅਗਿਆਤ ਵਾਸ 'ਚ ਰਿਹਾ ਜਿੱਥੇ ਕੇਵਲ ਨਾਮ ਅਭਿਆਸ ਦੇ ਨਾਲ ਨਾਮ ਜਪਣ ਦੇ ਨਾਲ ਅਕਾਲ ਪੁਰਖ ਨਾਲ ਜੁੜਨ ਦਾ ਉਪਰਾਲਾ ਕੀਤਾ ਜਿਹਦੀ ਬਦੌਲਤ ਵਰ੍ਹਿਆਂ ਬੱਧੀ ਜੋ ਧਾਰਨਾ ਬ੍ਰਹਮ ਗਿਆਨ ਗੁਰਮਤਿ ਬਾਰੇ ਸੀ ਉਹ ਹੌਲੀ ਹੌਲੀ ਬਦਲਦੀ ਨਜ਼ਰ ਆਈ ਹਰ ਦਿਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਏ ਗਿਆਨ ਰੂਪੀ ਸ਼ਬਦਾਂ ਦੇ ਜਿਹੜੇ ਪਾਵਰ ਉਹ ਖੁੱਲ੍ਹਣੇ ਸ਼ੁਰੂ ਹੋ ਗਏ ਸਾਫ਼ ਹੋਣੇ ਸ਼ੁਰੂ ਹੋ ਗਏ ਸਭ ਤੋਂ ਵੱਡਾ ਭਰਮ ਇਹ ਟੁੱਟਾ ਕਿ ਸਤਿਗੁਰ ਅਕਾਲ ਪੁਰਖ ਦਾ ਹੀ ਇੱਕ ਸਰੂਪ ਹੈ ਇਸ ਤੋਂ ਅੱਗੇ ਸਪਸ਼ਟ ਹੋਇਆ ਕਿ ਗੁਰੂ ਦੇ ਭਗਤ ਸਾਰੇ ਪੈਗੰਬਰ ਨੇ ਸਤਿਗੁਰ ਨਹੀਂ ਹੋ ਸਕਦੇ ਗੁਰੂ ਦੇ ਭਗਤ ਸਾਰੇ ਪੈਗੰਬਰ ਨੇ ਇਸ ਤਰ੍ਹਾਂ ਉਹਨਾਂ ਨੇ ਆਪਣੇ ਗੁਰਬਾਣੀ ਦੇ ਵਿਖਿਆਨ ਵਿੱਚ ਐਕਸਪਲੇਨ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਨਸੀਤਨਾਮਾ ਬ੍ਰਹਮ ਦਾ ਗਿਆਨ ਹੈ ਜੋ ਕੇਵਲ ਆਤਮਾ ਦੀ ਸੁਧਾਈ ਯਾਨੀ ਬੰਦੇ ਨੂੰ ਜੀਵਨ ਜਾਚ ਸਿਖਾਉਂਦਾ ਪਰ ਇਹ ਬ੍ਰਹਮ ਗਿਆਨ ਕਦੀ ਵੀ ਸਤਿਗੁਰ ਨਹੀਂ ਹੈ
दसवें पातशाह ने कहिंदे इहदे मोहर लाई है, ज्ञान गुरु आत्म उपदेशो नाम विभूत लगाओ। ब्रह्म ज्ञान विच आए शब्दों का उच्चारण वरतों अर्थां का पता लग्या। तिखी भगती भगत भगतै भगत संत साध साधु सज्जन मीत मित्र ब्रह्म ज्ञानी महापुरख सेवा टैल शब्द शब्द ये जदों आपां दो वारी बोलते हैं एक फॉर एग्जाम्पल थोड़ा जिहा खोल दिंदे हैं भी एक शब्द आपां पढ़दे हैं सस्ता बब्बा दद्दा शब्द और एक एक स्पैलिंग आउंदे आ सस्ता बब्बा दद्दा दद्दे नूं औंकड़। फिर आपां तीजे स्पैलिंग देखते हैं सस्ता बब्बा दद्दा दद्दे नूं सिहारी। सो इस करके ये वक्रे वक्रे शब्दों नूं उन्हां ने खोलण की कोशिश की। पहला शब्द जो मुक्ता है बिल्कुल, फिर दूजा शब्द दद्दे नूं औंकड़, फिर तीसरा शब्द दद्दे नूं सिहारी। सबदी सबदे सबदै गुरमुखे गुरमुखै गुरमुखें गुरमुखी माया भरम अमृतसर हरिमंदर सरोवर तीर्थ इशनान नावण निरभौ भै तखत सच बाणी हुक्म हुक्मी निर्वैर सतनाम अमृत अमृत वेला सच खंड वरपंड समाले धर्म जोर धोखा सुनिए मन्ने आदि शब्दों नू इन्नी व्याख्या करके खोलिया ते उन्होंने दोने हाथ खड़े करके कहा भी गुरु ग्रंथ साहब किसी व्याकरण का मथाज नहीं है। बाणी ब्रह्म ज्ञान बारे विद्वाना दे टीके उन्होंने अपनी मत ने, कोई इलाही ज्ञान नहीं है। गुरु ग्रंथ साहब नू वार वार पढ़न दे नाल गुरु की कृपा नाल सूझी आनी शुरू हो जाती है। जिमें गुरमत विच लिखिया समझै सूझै पढ़ पढ़ बूझै अंत निरंतर साचा पढ़िया नाही भेद बुझिया पावना, पन्ना नंबर 148। कहिंदे सनातन मत च ब्राह्मण दीख्या दे सकदा सी, अभिलाषी दे कन्न विच ये कह के रसम पूरी करदा सी, कन्ना मना कुर तू मेरा चेला ते मैं तेरा गुर। गुरु काल विच भी पहली तो नौवीं पातशाही तक दीख्या अभिलाषी दे कन्न विच दित्ती जांदी सी। जिवें हर उत्तम रिद अंतर पायो गुरमंत दियो हर कान, गुरु ग्रंथ साहब जी पन्ना नंबर 1335। तो दीखियत होना उन्होंने बहुत इस टॉपिक नूं अपने विख्यान विच एक्सप्लेन कीता, व्याख्या कीती है कि दीखियत होना अमृत छकना नहीं है, केवल अकाल पुरख नाल एक वादा है, एक कमिटमेंट है गुरमत मुताबक जीवन जीण दा, भाव गुरमुख प्रणाली मुताबक जीवन सफल करना। तो एक रब नूं मनना, एक रब ते भरोसा, एक रब तो दीखियत होना ते उसे एक रब दी इबादत करना भगती करनी। सो दसम पातशाह ने दीखिया दी रसम बदल के खंडे बाटे दी पौल कर दिती। धार्मिक दुनिया विच पहली वार लोकतंत्र प्रणाली शुरू की, भाव कोई भी पांच जीवन वाले सिख अभिलाषी नूं किसी भी जगह खंडे बाटे दी पौल दे सकते हैं। ये प्रण लेंदे सी, प्रण दृढ़ाउंदे सी उन्हां नूं बार बार बोल वाहिगुरू जी का खालसा वाहिगुरू जी की फतेह। कहिंदे भी अकाल पुरख की कृपा नाल जदों इह ज्ञान होना शुरू होया तो मेरे दिल ने फैसला किया भी इहनूं 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 आपां एक खजाना बना के रखीए, इहनूं रिकॉर्ड करिए सारे खजाने नूं, क्योंकि वो आप भी महसूस करते सी भी वो आम वर्तारे नालों बड़े बड़े अवले अर्थ होंदे सी गुरबाणी दे। कहिंदे उदण ये हुक्मनामा आया भी गुर मैं आप समोए शब्द वरताया, पन्ना नंबर 1279।
ਅਤੇ ਸ਼ਬਦ ਵਰਤਾਰੇ ਦੇ ਨਾਂ 'ਤੇ ਇੱਕ ਕਾਰਜ ਸ਼ੁਰੂ ਹੋਇਆ 1989 ਤੋਂ 1999 ਤੋਂ 2014 ਤੱਕ ਨਿਰੰਤਰ ਬ੍ਰਹਮ ਗਿਆਨ ਵਿੱਚ ਆਏ ਅਧਿਆਤਮਕ ਸ਼ਬਦਾਂ ਨੂੰ ਸਮਝਣ ਲਈ ਪੋਥੀ ਵਿੱਚੋਂ ਵੱਖ ਵੱਖ ਸ਼ਬਦਾਂ ਦੀ ਟੇਕ ਲੈ ਕੇ ਸ਼ਬਦਾਂ ਦੀ ਵਿਚਾਰ ਗੋਸ਼ਟੀ ਕੀਤੀ ਗਈ। ਇਸ ਸਾਰੇ ਸਿਲਸਿਲੇ ਲਈ ਦੇਸ਼ ਵਿਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਹਿੰਦੇ ਵੀ ਸ਼ਬਦ ਚੌਂਕੀਆਂ ਰੱਖੀਆਂ ਗਈਆਂ। ਪੂਰੀ ਕੋਸ਼ਿਸ਼ ਕੀਤੀ ਗਈ ਵੀ ਜਿੱਥੇ ਜਿੱਥੇ ਜਾਂਦੇ ਸੀ ਉੱਥੇ ਸੰਗਤਾਂ ਨੂੰ, ਚਾਹੇ ਥੋੜ੍ਹੇ ਲੋਕ ਸੰਗਤ ਹੁੰਦੇ ਸੀ ਅਤੇ ਉਹ ਘਰਾਂ 'ਚ ਬੈਠ ਕੇ ਹੀ ਬਾਣੀ ਦੀ ਵਿਚਾਰ ਕਰਿਆ ਕਰਦੇ ਸੀ, ਨਾਲੇ ਕੀਰਤਨ ਕਰਦੇ ਸੀ। ਬਾਣੀ 'ਚ ਕਿਹਾ ਗਿਆ ਵੀ ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ। ਕਹਿੰਦੇ ਵੀ ਮੇਰੀ ਸਾਰੀ ਸੰਗਤ ਨੂੰ ਪਿਆਰ ਨਾਲ ਸਤਿਕਾਰ ਨਾਲ ਬੇਨਤੀ ਹੈ ਕਿ ਮਨ ਚਿੱਤ ਲਾ ਕੇ ਬ੍ਰਹਮ ਗਿਆਨ ਦੇ ਲੜ ਲੱਗੋ। ਜਿੱਥੇ ਕਿਤੇ ਵੀ ਔਕੜ ਆਉਂਦੀ ਹੈ, ਪਤਾ ਨਹੀਂ ਲੱਗਦਾ ਵੀ ਇਹਦਾ ਮਹਿਨਾ ਕੀ ਹੋਊ ਜਾਂ ਕਿੱਦਾਂ ਇਹਨੂੰ ਸਮਝੀਏ, ਉੱਥੇ ਕਹਿੰਦੇ ਫਿਰ ਨਾਮ ਦਾ ਅਭਿਆਸ ਦਾ ਆਸਰਾ ਲਓ, ਉੱਥੇ ਨਿਰੰਤਰ ਸ਼ਬਦ ਅਭਿਆਸ ਕਰੋ। ਅਕਾਲ ਪੁਰਖ ਜ਼ਰੂਰ ਮਿਹਰ ਕਰਦੇ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਇੱਥੇ ਆਪਾਂ ਉਹਨਾਂ ਦੇ ਜੀਵਨ ਦਾ ਜਿਹੜਾ ਸੋਚਿਆ ਸੀ ਵੀ ਆਪਾਂ ਇੱਕ ਇੱਦਾਂ ਬੈਠ ਕੇ ਸਾਰਾ ਇਹ ਰਿਕਾਰਡ ਕਰਾਂਗੇ, ਅੱਜ ਉਹ ਪੂਰਨ ਹੋਇਆ ਉਹਨਾਂ ਦੇ ਜਾਣ ਤੋਂ ਬਾਅਦ। ਸੋ ਮੈਂ ਉਹਨਾਂ ਤੋਂ ਵੀ ਇਹ ਆਗਿਆ ਲਈ ਸੀ, ਅਸੀਂ ਭਾਈ ਮਹਿੰਦਰ ਸਿੰਘ ਐਸ ਜੀ ਹੋਰਾਂ ਦੇ ਜਿਹੜਾ ਜ਼ਿਕਰ ਵੀ ਮੈਂ ਕੀਤਾ, ਮਾਤਾ ਬੇਅੰਤ ਕੌਰ ਜੀ ਉਹਨਾਂ ਦੇ ਬੇਟੇ ਸਰਦਾਰ ਹਰਜਿੰਦਰ ਸਿੰਘ ਜੋ ਬੋਸਟਨ ਰਹਿੰਦੇ ਆ, ਮੇਰਾ ਬਹੁਤ ਪ੍ਰੇਮ ਆ ਉਹਨਾਂ ਦੇ ਨਾਲ ਵੀ। ਔਰ ਫਿਰ ਉਹਨਾਂ ਦੇ ਬੇਟੇ ਐਸ ਡੀ ਓ ਸਾਹਿਬ ਦੇ ਬੇਟੇ ਕਰਨਵੀਰ ਸਿੰਘ ਜੀ, ਪਰਿਵਾਰ ਦੀ ਆਗਿਆ ਲੈ ਕੇ ਇਹ ਕਾਰਜ ਆਰੰਭਿਆ ਔਰ ਅੱਜ ਇਹਨੂੰ ਸਿਰੇ ਚਾੜਨ 'ਚ ਆਪਾਂ ਸਫਲ ਹੋਏ ਹਾਂ। ਔਰ ਪਰਿਵਾਰ ਨੇ, ਰਿਸ਼ਤੇਦਾਰਾਂ ਨੇ ਵਾਰ ਵਾਰ ਇਹੋ ਬੇਨਤੀ ਕੀਤੀ ਵੀ ਉਹਨਾਂ ਦੀ ਵਡਿਆਈ ਨਹੀਂ ਕਰਨੀ। ਸੋ ਮੈਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਬਾਰੇ ਕੋਈ ਇਹ ਗੱਲ ਨਾ ਕਹੀ ਜਾਵਾਂ ਵੀ ਉਹ ਐਂ ਸਨ, ਹੈ ਨਾ। ਜੋ ਉਹਨਾਂ ਨੇ ਵਰਤਾਰਾ ਸਾਨੂੰ ਕਦੇ ਬੈਠਿਆਂ ਆਪਣੇ ਜੀਵਨ ਦੀਆਂ ਗੱਲਾਂ ਜਾਂ ਯਾਦਾਂ ਦੱਸੀਆਂ, ਉਹਨਾਂ ਨੂੰ ਉਸੇ ਤਰ੍ਹਾਂ ਹੀ ਆਪਾਂ ਇੱਕ ਲੜੀ ਬਣਾ ਕੇ ਤੁਹਾਡੇ ਸਾਹਮਣੇ ਰੱਖਿਆ, ਤਾਂ ਕਿ ਆਪਾਂ ਉਹਨਾਂ ਦੇ ਜੀਵਨ ਤੋਂ ਕੁਛ ਪ੍ਰੇਰਨਾ ਲੈ ਸਕੀਏ। ਸੋ ਬੋਲਦਿਆਂ ਬੜੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਮੈਨੂੰ ਸੰਗਤਾਂ ਮਾਫ਼ ਕਰਨ। ਅਤੇ ਜੇਕਰ ਇਹਨਾਂ ਸ਼ਬਦਾਂ ਤੋਂ ਕੋਈ ਪ੍ਰੇਰਨਾ ਮਿਲਦੀ ਹੈ, ਐਸ ਡੀ ਓ ਸਾਹਿਬ ਦੇ ਭਾਈ ਮਹਿੰਦਰ ਸਿੰਘ ਜੀ, ਐਸ ਡੀ ਓ ਸਾਹਿਬ ਦੇ ਜੀਵਨ ਤੋਂ ਸਾਨੂੰ ਪ੍ਰੇਰਨਾ ਕੋਈ ਲੈਸਨ ਮਿਲਦਾ, ਉਹਨਾਂ ਨੇ ਇਸੇ ਗੱਲ 'ਤੇ ਜ਼ੋਰ ਦਿੱਤਾ ਵੀ ਨਾਮ ਜਪੋ, ਸ਼ਬਦ ਦਾ ਅਭਿਆਸ ਕਰੋ, ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜੋ, ਗੁਰਬਾਣੀ ਨੂੰ ਜਾਣੋ, ਕੋਸ਼ਿਸ਼ ਕਰੋ। ਅਤੇ ਇਹਨੂੰ ਜਾਣਨ ਵਾਸਤੇ ਤੁਹਾਨੂੰ ਕੇਵਲ ਸ਼ਬਦ ਅਭਿਆਸ ਦੀ ਲੋੜ ਹੈ। ਗੁਰ ਕੁੰਜੀ ਪਾਹੋ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਸੋ ਇਹਦੀ ਬਾਣੀ ਦੀ ਕੁੰਜੀ ਕਿਸੇ ਦੇ ਹੱਥ ਨਹੀਂ ਹੈ, ਇਹ ਕੇਵਲ ਅਤੇ ਕੇਵਲ ਸ਼ਬਦ ਅਭਿਆਸ ਜਿੰਨਾ ਜਿੰਨਾ ਕਰੋਗੇ ਓਨੀ ਓਨੀ ਗੁਰਬਾਣੀ ਦੀ ਸੋਝੀ ਪਰਮਾਤਮਾ ਆਪ ਬਖਸ਼ਿਸ਼ ਕਰੇਗਾ। ਭੁੱਲਾਂ ਚੁੱਕਾਂ ਦੀ ਖਿਮਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।